ਬਿਨਾਂ ਬੂਟਾਂ ਤੋਂ ਵੀ ਦੌੜਿਆ, ਪੈਰਾਂ ਵਿੱਚ ਛਾਲੇ ਵੀ ਹੋਏ। ਭੈਣ ਨੇ ਗਹਿਣੇ ਵੇਚੇ, ਗਹਿਣੇ ਵੇਚ ਕੇ ਕਿਹਾ, ਵੀਰ ਤੂੰ ਦੌੜ ਜਦ ਤੱਕ ਦੌੜ ਸਕਦਾ। ਤੁਹਾਡੀ ਅਸੀਂ ਮੁਲਾਕਾਤ ਕਰਵਾਵਾਂਗੇ ਇੱਕ ਇਹੋ ਜਿਹੇ ਨੌਜਵਾਨ ਨਾਲ ਜਿਸ ਨੇ 190 ਮੈਰਾਥੋਨ ਵਿੱਚ ਭਾਗ ਲਿਆ ਤੇ ਚਿੰਨ ਦਿੱਤੇ 350 ਦੇ ਉੱਪਰ ਮੈਡਲ। ਇੰਟਰਨੈਸ਼ਨਲ ਰਿਕਾਰਡ ਵੀ ਬਣਾ ਲਿਆ, ਦੌੜ ਵੀ ਲਿਆ, ਅਵਾਰਡ ਵੀ ਲੈ ਲਏ, ਫੋਟੋਆਂ ਵੀ ਹੋ ਗਈਆਂ, ਪੰਜਾਬ ਦੇ ਸਿਆਸਤਦਾਨ ਨਾਲ ਸਰਟੀਫਿਕੇਟ ਵੀ ਲੈ ਲਏ, ਪਰ ਕਿਸੇ ਨੇ ਵੀ ਬਾਹਾਂ ਨਹੀਂ ਪਕੜੀ। 2018 ਤੋਂ ਸਫ਼ਰ ਸ਼ੁਰੂ ਕੀਤਾ ਸੀ ਮੈਰਾਥਨ ਦਾ, ਅੱਜ ਕਿਸ ਹਾਲਾਤ ਵਿੱਚ ਹੈ ਤੁਹਾਡੀ ਮੁਲਾਕਾਤ ਕਰਵਾਵਾਂਗੇ। ਲੋਕ ਕਹਿੰਦੇ ਇਹ ਤਾਂ ਹੁਣ ਅਪਾਹੀ ਜਾਓਗੇ, ਇਹ ਹੁਣ ਤੁਰ ਨਹੀਂ ਸਕਦਾ, ਇਹ ਤਾਂ ਹੁਣ ਬੈੱਡ 'ਤੇ ਲੇਟਿਆ ਰਹਿ ਗਿਆ, ਇਹਦੀ ਹੁਣ ਗੱਲ ਕਿਤੇ ਨਹੀਂ ਬਣਨੀ ਹੈਗੀ। ਉੱਥੋਂ ਮੇਰੀ ਜਰਨੀ ਸਟਾਰਟ ਹੋਈ, ਉੱਥੇ ਜਾਣ ਲਈ ਨਾ ਮੇਰੇ ਕੋਲ ਬੂਟ, ਠੀਕ ਹੈ, ਮੈਂ ਐਵੇਂ ਆਪਣੇ ਟੁੱਟੇ ਫੁੱਟੇ ਬੂਟ ਪਾ ਕੇ ਉੱਥੇ ਚਲੇ ਗਿਆ। ਉਹ ਬੂਟ ਹੋਰ ਵੀ ਟੁੱਟ ਗਏ ਜੋ ਕਿ ਤੁਸੀਂ ਦੇਖ ਸਕਦੇ ਹੋ ਮੇਰੀ ਫੋਟੋ 'ਚ, ਇਹ ਮੇਰੇ ਸੇਲ ਵਾਲੇ ਬੂਟ ਸੀਗੇ। ਸੋ ਇਹ ਪਾ ਕੇ ਹੀ ਮੈਂ ਰਨਿੰਗ ਕਰੀ, ਵਿੱਚ ਇਹ ਵੀ ਵਿਚਾਰੇ ਟੁੱਟ ਗਏ, ਫਿਰ ਮੈਂ ਕੰਟੀਨਿਊ ਰਨਿੰਗ ਆਪਣੀ ਕਰਦਾ ਰਿਹਾ, ਮੇਰੇ ਪੈਰਾਂ 'ਤੇ ਛਾਲੇ ਵੀ ਹੋ ਗਏ, ਬਟ ਮੈਂ ਰੁਕਿਆ ਨਹੀਂ। ਜਦੋਂ ਮੈਨੂੰ ਬੂਟਾਂ ਦੀ ਪ੍ਰੋਬਲਮ ਆਈ ਤਾਂ ਮੇਰੀ ਸਿਸਟਰ ਨੇ ਆਪਣੇ ਗਹਿਣੇ ਵੇਚ ਕੇ ਉਹਨੇ ਕਿਹਾ ਕਿ ਤੂੰ ਆਪਣਾ ਸੁਪਨਾ ਪੂਰਾ ਕਰ, ਤੂੰ ਪੰਜਾਬ ਲਈ ਜਾਣਾ ਹੈ। ਸੋ ਉਹਨਾਂ ਨੇ ਆਪਣੇ ਗਹਿਣੇ ਵੇਚ ਕੇ, ਆਪਣੀ ਮੁੰਦੀ ਵੇਚ ਕੇ ਮੈਨੂੰ ਮੇਰੇ ਸ਼ੂਜ਼ ਦਵਾਏ, ਜੋ ਕਿ ਮੈਂ ਉਸ ਨਾਲ ਆਪਣੀ 5 ਘੰਟੇ ਕੁਛ ਮਿੰਟ ਵਿੱਚ ਆਪਣੀ ਮੈਰਾਥਨ ਇੰਟਰਨੈਸ਼ਨਲ ਪਹਿਲੀ ਲੜੀ, ਪਹਿਲੀ ਦੌੜੀ। ਅਕਰੋਸ ਇੰਡੀਆ 50 ਤੋਂ 60 ਮੈਰਾਥਨਾਂ ਫੇਰ ਕਰੀ ਆ, ਦੇਖੋ ਤੁਸੀਂ ਇਹ ਅੰਦਰੋਂ ਵੀ ਮੈਂ ਫਿਰ ਪਲਸਤਰ ਕਰਾਏ ਹੋਏ ਨੇ। ਸੋ ਦੇਖੋ ਇਹਨਾਂ ਦੇ ਕਈ ਵਾਰੀ ਆ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਅੰਦਰੋਂ ਵੀ ਇਹ ਰਿਪੇਅਰ ਹੋ ਚੁੱਕੇ ਨੇ। ਔਰ ਜਦੋਂ ਮੈਂ ਸਾਈਕਲ ਲੈ ਕੇ ਆਪਣਾ ਹਰਿਆਣਾ ਰੋਡਵੇਜ਼ ਦੀ ਬੱਸ ਤੋਂ ਥੱਲੇ ਉਤਰਿਆ ਦਿੱਲੀ ਵਿੱਚ, ਜਿੱਥੇ ਰੇਸ ਹੋਣੀ ਸੀ ਸਵੇਰੇ, ਸੋ ਜਦੋਂ ਮੈਂ ਉੱਥੇ ਪੁੱਜਾ ਤਾਂ ਉਹਨਾਂ ਨੇ ਫਿਰ ਮੇਰਾ ਉੱਥੇ ਸਾਰਿਆਂ ਨੇ ਮਜ਼ਾਕ ਉਡਾਇਆ ਕਿ, ਔਰ ਲੋਕ ਮੈਨੂੰ ਬੜੇ ਤਾਣੇ ਮੇਣੇ ਦਿੰਦੇ ਨੇ, ਕਹਿੰਦੇ ਨੇ ਕਿ ਇਹ ਤਾਂ ਅਮੀਰਾਂ ਦੀ ਗੇਮ ਹੈ, ਤੂੰ ਕਿੱਥੇ ਆ ਕੇ ਫਸ ਗਿਆ, ਤੇਰੇ ਪੱਲੇ ਤਾਂ ਕੁਛ ਵੀ ਨਹੀਂ, ਤੂੰ ਫਟੇ ਹੋਏ ਬੂਟ ਪਾ ਕੇ ਆ ਜਾਂਦਾ ਮੈਰਾਥਨ 'ਤੇ। ਹਰ ਜਗ੍ਹਾ ਜਾ ਕੇ ਬੱਸ ਸਟੈਂਡ 'ਤੇ ਹੀ ਸੁੱਤਾ ਰਿਹਾ ਜਾਂ ਰਾਤ ਉੱਥੇ ਹੀ ਕੱਟੀ, ਕਦੀ ਹੋਟਲ ਦਾ ਮੈਂ ਪੈਸਾ ਨਹੀਂ ਖਰਚਿਆ ਨਾ ਪੈਸਾ ਹੁੰਦਾ ਸੀ। ਅਸੀਂ ਸਮੇਂ ਮੌਜੂਦ ਹਾਂ ਰੋਪੜ ਅਵਤਾਰ ਭਾਟੀਆ ਦੇ ਘਰ। ਤੁਸੀਂ ਜੋ ਸਾਰੇ ਹੀ ਮੈਡਲ ਦੇਖ ਰਹੇ ਹੋ, ਅਵਤਾਰ ਨੇ 11 ਫਰਵਰੀ 2018 ਤੋਂ ਲੈ ਕੇ 2021 ਜੂਨ 2021 ਤੱਕ ਜਿੱਤੇ ਹੋਏ ਨੇ। ਕਹਿੰਦੇ ਨੇ ਕਿ ਮੈਡਲ ਗਿਣ ਕੇ ਨਹੀਂ ਚਿੰਨ ਕੇ ਲੈ ਜਾਂਦੇ ਨੇ। ਇਹ ਸਾਰੇ ਹੀ ਮੈਡਲ ਮੈਰਾਥਨ ਅਥਲੀਟ ਵਿੱਚ ਜਿੱਤੇ ਗਏ ਨੇ। ਹਰ ਇੱਕ ਸਿਆਸਤਦਾਨ ਨੇ ਵੀ ਤਸਵੀਰ ਖਿਚਾਈ। ਤੁਸੀਂ ਜਿਵੇਂ ਦੇਖ ਰਹੇ ਹੋ ਗੁਰਦਾਨਾ ਗੁਰਮੀਤ ਸਿੰਘ ਸੋਢੀ, ਜੋ ਕਿ ਖੇਡ ਮੰਤਰੀ ਨੇ ਪੰਜਾਬ ਦੇ, ਉਹਨਾਂ ਨਾਲ ਤਸਵੀਰਾਂ ਨੇ। ਮਨੀਸ਼ ਤਿਵਾੜੀ ਜੀ ਨੇ ਵੀ ਲਿਖ ਕੇ ਦਿੱਤਾ ਕਿ ਬਹੁਤ ਹੀ ਅਵਤਾਰ ਭਾਟੀਆ ਹੋਣਹਾਰ ਹੈ ਅਤੇ ਮੈਰਾਥਨ ਅਥਲੀਟ ਹੈ, ਇਹ ਮਨੀਸ਼ ਤਿਵਾੜੀ ਨੇ ਖੁਦ ਲਿਖ ਕੇ ਦਿੱਤਾ। ਉਸ ਸ਼ਖਸ ਨਾਲ ਵੀ ਮਿਲਾਵਾਂਗੇ, ਪਰ ਉਸ ਤੋਂ ਪਹਿਲਾਂ ਕਈ ਸਵਾਲ ਦੇ ਜਵਾਬ ਵੀ ਉੱਠਦੇ ਨੇ। ਤਰਸ ਦੇ ਆਧਾਰ ਉੱਤੇ ਨੌਕਰੀਆਂ ਦਿੱਤੀਆਂ ਗਈਆਂ ਸੀ, ਪਰ ਅੱਜ ਤੁਸੀਂ ਜੋ ਵੀ ਇਹ ਮੈਡਲ ਦੇਖ ਰਹੇ ਹੋ, ਇਹ ਤਰਸ ਦੇ ਆਧਾਰ 'ਤੇ ਨਹੀਂ ਹੋ, ਇਹ ਮਿਹਨਤ ਕਰਕੇ ਮਿਲੇ ਨੇ, ਇਹ ਮਿਹਨਤ ਕਰਕੇ ਮਿਲੇ ਨੇ ਮੈਡਲ ਜੋ ਜਿੱਤੇ ਹੋਏ ਨੇ। ਤਾਂ ਅਵਤਾਰ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਅਵਤਾਰ ਉਹ ਸ਼ਖਸ ਨੇ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਪ੍ਰੋਬਲਮ ਆ ਗਈ ਸੀ, ਜ਼ਖਮੀ ਹੋ ਗਏ ਸੀ। ਉਸ ਤੋਂ ਬਾਅਦ ਕਈਆਂ ਨੇ ਨਕਾਰ ਦਿੱਤਾ ਵੀ ਹੁਣ ਅਵਤਾਰ ਭਾਟੀਆ ਬੇਕਾਰ ਹੋ ਚੁੱਕਿਆ, ਕੋਈ ਵੀ ਕੰਮ ਹੁਣ ਅਵਤਾਰ ਨਹੀਂ ਕਰ ਸਕਦਾ। ਪਰ ਉਸ ਦੇ ਬਾਵਜੂਦ ਵੀ ਅਵਤਾਰ ਨੇ ਮੈਰਾਥਨ 190 ਦੇ ਕਰੀਬ ਮੈਰਾਥੋਨ ਦੇ ਵਿੱਚ ਹਿੱਸਾ ਲਿਆ। ਅਵਤਾਰ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਉਹਨਾਂ ਦੇ ਜ਼ਿੰਦਗੀ ਦੇ ਉੱਤੇ। ਇਹਨਾਂ ਦੀ ਭੈਣ ਨੇ ਵੀ ਬਹੁਤ ਮਦਦ ਕੀਤੀ, ਗਹਿਣੇ ਵੇਚ ਕੇ ਉਹ ਬੂਟ ਲਿਆ ਕੇ ਦਿੱਤੇ ਵੀ ਅਵਤਾਰ ਤੂੰ ਭੱਜ, ਤੂੰ ਦੌੜ ਜਿੰਨਾ ਹੋ ਸਕਦਾ, ਤੂੰ ਦੌੜ ਕੇ ਦਿਖਾ ਕਿ ਤੂੰ ਅਪਾਹਿਜ ਨਹੀਂ ਹੈਗਾ। 2 ਸਾਲ ਮੰਜੇ 'ਤੇ ਵੀ ਪਏ ਦੇ ਅਵਤਾਰ ਭਾਟੀਆ ਨਾਲ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਅਵਤਾਰ ਮੌਜੂਦ ਨੇ। ਇਹ ਪਹਿਲੀ ਮੈਰਾਥਨ ਅਥਲੀਟ ਦੀ ਫੋਟੋ ਹੈ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ, ਇਹ ਚੰਡੀਗੜ੍ਹ ਦੀ ਹੈ। ਪਹਿਲੀ ਮੈਰਾਥਨ ਅਥਲੀਟ ਦੀ ਇਹ ਪਿਕਚਰ ਹੈ ਜੋ ਸਕਰੀਨ 'ਤੇ ਦੇਖ ਰਹੇ ਹੋ। ਅਵਤਾਰ ਸਾਡੇ ਨਾਲ ਨੇ। ਸ਼ੁਰੂਆਤ ਕਰਾਂਗੇ ਜ਼ਿੰਦਗੀ ਦੇ ਉਸ ਪਲ ਤੋਂ ਜਦੋਂ ਅਵਤਾਰ 2 ਸਾਲ ਤੱਕ, 1.5 ਤੋਂ 2 ਸਾਲ ਤੱਕ ਮੰਜੇ 'ਤੇ ਪਏ ਦੇ। ਖੁਦ ਦੱਸਣਗੇ, ਉਹ ਜਾਣਾਂਗੇ ਹੋਰ ਜ਼ਿੰਦਗੀ ਦੇ ਕਿੱਥੇ ਬਦਲਾਅ ਆ ਕੋਈ ਜਾਂ ਕਿੱਥੇ ਉਤਾਰ ਚੜਾਅ ਆਏ। ਅਵਤਾਰ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
ਕਾਫੀ ਤੁਸੀਂ ਮੈਡਲ ਪ੍ਰਾਈਜ਼ ਸਰਟੀਫਿਕੇਟ ਜੋ ਕਿ ਇਸ ਸਮੇਂ ਦਰਸ਼ਕ ਵੀ ਦੇਖਦੇ ਨੇ ਉਹ ਦਿਨਾਂ ਦੀ ਸ਼ੁਰੂਆਤ ਦੀ ਗੱਲ ਕਰਨੀ ਆ ਜਦੋਂ ਤੁਹਾਡੀ ਰੀੜ੍ਹ ਦੀ ਹੱਡੀ ਵਿੱਚ ਸਮੱਸਿਆ ਆ ਜਾਂਦੀ ਹੈ 2015-16 ਦੇ ਆਸ ਪਾਸ ਦਾ ਵਾਕਿਆ ਕਿੱਥੋਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਦੇਖੋ ਜੀ ਮੈਂ ਰੋਪੜ ਦਾ ਹੀ ਜੰਮਿਆ ਪਲਿਆ ਹੈਗਾ ਪੰਜਾਬ ਦਾ ਹੀ ਜੰਮਿਆ ਪਲਿਆ ਹੈਗਾ ਹੈ ਸੋ ਗੱਲ ਐਵੇਂ ਵੀ ਜਦੋਂ ਮੈਂ 14 ਸਾਲ ਦਾ ਸੀਗਾ ਅਤੇ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਅਤੇ ਜਦੋਂ ਸਿਰ ਤੋਂ ਪਿਤਾ ਦਾ ਸਾਇਆ ਚੱਕ ਹੋ ਜਾਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਇੱਕ ਨਵੇਂ ਮੋੜ 'ਤੇ ਆ ਜਾਂਦੀ ਹੈ ਸੋ ਜਦੋਂ ਬਚਪਨ 'ਚ ਮੈਂ 14 ਸਾਲ ਦਾ ਸੀਗਾ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਉਸ ਤੋਂ ਬਾਅਦ ਮੇਰੇ ਮਦਰ ਨੇ ਹੀ ਸਾਡਾ ਪਾਲਣ ਪੋਸ਼ਣ ਕੀਤਾ ਸੋ ਗੱਲ ਐਵੇਂ ਸੀ ਕਿ ਹੁਣ ਘਰ ਦੇ ਬੋਝ ਸੀ ਉਹ ਖਾਣ ਪੀਣ ਨੂੰ ਸੀ ਨਹੀਂ ਕੁਛ ਸੋ ਮੈਂ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਔਰ ਮੈਨੂੰ ਜੋ ਵੀ ਕੰਮ ਮਿਲਿਆ ਮੈਂ ਕੰਮ ਤੋਂ ਮਿਹਨਤ ਤੋਂ ਕਦੀ ਨਹੀਂ ਟਲਿਆ ਮੈਨੂੰ ਰੇਹੜੀ ਚਲਾਉਣ ਦਾ ਕੰਮ ਮਿਲਿਆ ਮੈਂ ਰੇਹੜੀ ਚਲਾਉਣ ਦਾ ਕੰਮ ਕਰਦਾ ਰਿਹਾ ਮੈਨੂੰ ਦੁਕਾਨਾਂ 'ਤੇ ਕੰਮ ਮਿਲਿਆ ਕਿੱਥੇ ਇੱਕ ਇੱਕ ਕਿਲੋਮੀਟਰ ਤੱਕ ਮੈਂ ਬੋਰੀਆਂ ਢੋਂਦਾ ਰਿਹਾ ਦੁਕਾਨਾਂ ਦੀਆਂ ਔਰ ਮੈਂ ਉਹੀ ਮੈਂ ਫਿਰ ਪੇਟੀਆਂ ਹੁੰਦੀਆਂ ਸੀ ਦੁਕਾਨਾਂ ਦੀਆਂ ਮੈਂ ਪੇਟੀਆਂ ਚੜਾਉਂਦਾ ਰਿਹਾ ਰੇਹੜੀ ਚਲਾਉਂਦਾ ਰਿਹਾ ਸੋ ਕੀ ਹੈ ਐਵੇਂ ਕਰਦੇ ਕਰਦੇ ਹੀ ਮੈਨੂੰ ਵੀ ਮੇਰੇ ਜਿਹੜਾ ਸਰੀਰ ਸੀ ਉਹ ਕਾਫੀ ਵਧੀਆ ਬਣ ਗਿਆ ਸੀਗਾ ਔਰ ਮੈਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਂਕ ਪੈ ਗਿਆ ਸੀਗਾ ਫਿਰ ਐਵੇਂ ਹੀ ਕਰਦੇ ਕਰਦੇ ਮੈਂ ਪੰਜਾਬ 'ਚ ਕਾਫੀ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਕਰੀ ਆ ਜਿਹਦੇ 'ਚ ਮੇਰੀ ਚੰਗੀ ਪਲੇਸ ਪਈ ਹੈ ਫਿਰ ਐਵੇਂ ਕਰਦੇ ਕਰਦੇ ਮੈਂ 2014 ਵਿੱਚ ਆਪਣੇ ਇੰਟਰਨੈਸ਼ਨਲ ਇੱਕ ਬੋਡੀ ਬਿਲਡਿੰਗ ਕੰਪਟੀਸ਼ਨ ਦੀ ਤਿਆਰੀ ਕਰ ਰਿਹਾ ਸੀਗਾ ਸੋ ਕੰਪਟੀਸ਼ਨ ਕਰਦੇ ਕਰਦੇ ਮੈਂ ਜਿਮ ਵਿੱਚ ਡੈਡ ਲਿਫਟ ਲਾ ਰਿਹਾ ਸੀਗਾ ਡੈਡ ਲਿਫਟ ਵਰਕਆਊਟ ਕਰਦੇ ਕਰਦੇ ਮੇਰੇ ਜੋ ਹੱਥ ਸੀ ਉਹ ਥੋੜ੍ਹੀ ਜਿਹੀ ਸਵੈਟਿੰਗ ਜ਼ਿਆਦਾ ਆ ਗਈ ਅਤੇ ਸਵੈਟਿੰਗ ਦੇ ਕਾਰਨ ਹੀ ਮੇਰੀ ਜੋ ਰੋਡ ਸੀ ਜਦੋਂ ਮੈਂ ਬੈਂਡ ਹੋਇਆ ਨੀਚੇ ਰੋਡ ਟੱਚ ਕਰਨ ਲੱਗਿਆ ਅਰਥ ਨਾਲ ਅਤੇ ਉਦੋਂ ਮੇਰੇ ਹੱਥ 'ਚੋਂ ਰੋਡ ਛੁੱਟ ਗਈ ਰੋਡ ਛੁੱਟਣ ਦੇ ਨਾਲ ਹੀ ਮੇਰੀ ਜੋ ਰੇੜ ਦੀ ਹੱਡੀ ਆ ਉਹਦੇ 'ਚ ਇੱਕ ਝਟਕਾ ਵੱਜਿਆ ਔਰ ਮੈਂ ਉਵੇਂ ਹੀ ਫਰਸ਼ 'ਤੇ ਗਿਰ ਗਿਆ ਸੋ ਉਹ ਜਿਹੜੀ ਘਟਨਾ ਸੀਗੀ ਉਹਨੇ ਮੇਰੀ ਜ਼ਿੰਦਗੀ 'ਚ ਇੱਕ ਨਵਾਂ ਮੋੜ ਲਿਆ ਕੇ ਸਾਹਮਣੇ ਮੇਰੇ ਪੇਸ਼ ਕਰ ਦਿੱਤਾ ਕਿਉਂਕਿ ਮੈਂ ਫਿਰ ਉਸ ਤੋਂ ਬਾਅਦ 1.5-2 ਸਾਲ ਜਸਟ ਬੈੱਡ 'ਤੇ ਹੀ ਲੇਟ ਗਿਆ ਜਦੋਂ ਮੇਰੇ ਪੇਰੈਂਟਸ ਨੇ ਮੇਰੇ ਮੰਮੀ ਹੀ ਸੀ ਮੇਰੇ ਫਾਦਰ ਸਾਹਿਬ ਤੋਂ ਬਾਅਦ ਮੇਰੇ ਮੰਮੀ ਨੇ ਹੀ ਸਾਡਾ ਪਾਲਣ ਪੋਸ਼ਣ ਕੀਤਾ ਸੋ ਅਸੀਂ 2 ਭਰਾ ਔਰ 2 ਭੈਣਾਂ ਸੀ ਮੇਰੇ ਸਾਰੇ ਮੇਰੇ ਤੋਂ ਬੜੇ ਸੀ ਸੋ ਜਦੋਂ ਉਹਨਾਂ ਨੇ ਦੇਖਿਆ ਕਿ ਮੁੰਡਾ ਬੈੱਡ 'ਤੇ ਪੈ ਗਿਆ ਹੈ ਔਰ ਇਹਨੂੰ ਇੰਨਾ ਸ਼ੌਂਕ ਹੈ ਖੇਡਾਂ ਦਾ ਔਰ ਇੰਨਾ ਪੰਜਾਬ ਲਈ ਸੋਚਦਾ ਹੈ ਕਿ ਚਲੋ ਮੈਂ ਪੰਜਾਬ ਦਾ ਕੁਛ ਖੇਡਾਂ 'ਚ ਨਾਮ ਕਮਾਵਾਂ ਸੋ ਮੈਂ ਨਾਮ ਕਮਾਉਣਾ ਹੀ ਕਹਿ ਸਕਦਾ ਉਸ ਟਾਈਮ ਤੱਕ ਤਾਂ ਕਿਉਂਕਿ ਉਸ ਤੋਂ ਬਾਅਦ ਫਿਰ ਮੇਰੇ ਘਰਦਿਆਂ ਨੇ ਮੰਮੀ ਨੇ ਮੈਨੂੰ ਜਾਂ ਮੇਰੇ ਇੱਕ ਯਾਰ ਦੋਸਤ ਸੀ ਉਹਨਾਂ ਨੇ ਮੈਨੂੰ ਜਾ ਕੇ ਹੋਸਪਿਟਲ ਚੈੱਕ ਕਰਾਇਆ ਜੋ ਸਾਡੇ ਬੋਨ ਸਪੈਸ਼ਲਿਸਟ ਉਰੇ ਡਾਕਟਰ ਨੇ ਸੋ ਡਾਕਟਰਾਂ ਨੇ ਵੀ ਕਿਹਾ ਕਿ ਤੁਹਾਡਾ ਉਹਦਾ ਕਈ ਹੁਣ ਲਾ ਲਓ ਵੀ 2-3 ਜਾਂ ਕਈ ਲੱਖਾਂ ਦਾ ਤੁਹਾਡਾ ਖਰਚਾ ਹੈ ਸੋ ਅਵਤਾਰ ਹੁਣ ਤੁਰ ਨਹੀਂ ਸਕੇਗਾ ਕਿਉਂਕਿ ਇਹਦੀ ਜੋ ਰੀੜ੍ਹ ਦੀ ਹੱਡੀ ਆ ਉਹਦੇ 'ਚ ਪ੍ਰੋਬਲਮ ਆ ਗਈ ਹੈ ਸੋ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇੰਨੇ ਪੈਸੇ ਡਿਪੋਜ਼ਿਟ ਕਰਾਓ ਔਰ ਉਹ ਫਿਰ ਹਾਲਤ ਤਾਂ ਉਹੀ ਸੀਗੀ ਕਿਉਂਕਿ ਜੋ ਅਸੀਂ ਕਮਾਉਂਦੇ ਸੀ ਮੈਂ ਤਾਂ ਸਟੱਡੀ ਕਰਦਾ ਸੀ ਉਹ ਨਾਲ ਨਾਲ ਪੜ੍ਹਦਾ ਸੀਗਾ ਸੋ ਇੰਨੇ ਫਾਈਨੈਂਸ਼ਲੀ ਅਸੀਂ ਨਹੀਂ ਟਫ ਸੀਗੇ ਔਰ ਇੰਨੇ ਅਸੀਂ ਨਹੀਂ ਅਫੋਰਡ ਕਰ ਸਕਦੇ ਸੀਗੇ ਪੈਸੇ ਸੋ ਐਵੇਂ ਹੀ ਫਿਰ ਮੈਂ ਬੈੱਡ ਆਪਣਾ ਪਰਮਾਤਮਾ ਦਾ ਭਾਣਾ ਮੰਨ ਕੇ ਮੈਂ ਬੈੱਡ 'ਤੇ ਹੀ ਰਿਹਾ ਫਿਰ 1-1.5 ਸਾਲ ਫਿਰ ਐਵੇਂ ਹੀ ਕਿਤੇ ਮੈਂ ਕਿਉਂਕਿ ਲੇਟੇ ਲੇਟੇ ਹੋਰ ਕੰਮ ਹੁੰਦਾ ਨਹੀਂ ਸੀਗਾ ਮੈਂ ਜਸਟ ਕੁਛ ਪੜ੍ਹ ਰਿਹਾ ਸੀ ਜਿਵੇਂ ਇੱਕ ਕਿਤਾਬ ਪੜ੍ਹ ਰਿਹਾ ਸੀਗਾ ਉਹਦੇ 'ਚ ਕੁਛ ਲਿਖਿਆ ਹੋਇਆ ਸੀ ਕਿ ਜਿਹੜਾ ਮਨੁੱਖੀ ਸਰੀਰ ਹੈ ਇਹ ਇੱਕ ਮਸ਼ੀਨ ਦੀ ਤਰ੍ਹਾਂ ਹੈ ਜਦੋਂ ਮਸ਼ੀਨ ਖੜ ਜਾਂਦੀ ਹੈ ਉਹਦੇ ਪੁਰਜਿਆਂ ਨੂੰ ਜੰਗ ਲੱਗ ਜਾਂਦੀ ਹੈ ਸੋ ਇਹ ਗੱਲ ਮੇਰੇ ਅੰਦਰ ਤੱਕ ਲੱਗੀ ਕਿ ਅਵਤਾਰ ਤੇਰਾ ਸਰੀਰ ਵੀ ਸੇਮ ਮਸ਼ੀਨ ਵਾਂਗੂ ਹੀ ਹੈ ਉਹਦੇ ਰੁਕਿਆ ਹੋਇਆ ਹੈ ਉਹ ਤੇਰੇ ਪੁਰਜਿਆਂ 'ਚ ਜੰਗ ਲੱਗ ਜਾਏਗੀ ਐਵੇਂ ਫਿਰ ਮੈਂ ਇਹ ਗੱਲ ਮੰਮੀ ਨੂੰ ਦੱਸੀ ਕਿ ਮੰਮੀ ਮੈਂ ਇਹ ਪੜ੍ਹਿਆ ਹੈ ਫਿਰ ਮੇਰੇ ਮੰਮੀ ਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੇਰੀ ਬਹੁਤ ਸਪੋਰਟ ਕਰੀ ਹੈ ਮੰਮੀ ਕਹਿੰਦੇ ਵੀ ਦੇਖ ਪੁੱਤਰ ਵੀ ਜਿਵੇਂ ਕਿ ਬਚਪਨ 'ਚ ਇੱਕ ਤੂੰ ਕਵਿਤਾ ਪੜ੍ਹਦਾ ਹੁੰਦਾ ਸੀਗਾ ਵੀ ਪੰਜਾਬੀ ਦੀ ਇੱਕ ਕਵਿਤਾ ਸਾਡੀ ਦੀਵਾਨ ਸਿੰਘ ਕਾਲੇ ਪਾਣੀ ਜੀ ਦੀ ਕਿ ਚੱਲਦਾ ਪਾਣੀ ਕਿ ਜਦੋਂ ਤੱਕ ਪਾਣੀ ਚੱਲਦਾ ਰਹਿੰਦਾ ਹੈ ਉਹ ਸਵੱਛ ਰਹਿੰਦਾ ਹੈ ਜਿਵੇਂ ਹੀ ਪਾਣੀ ਰੁਕ ਜਾਂਦਾ ਉਹ 'ਚ ਦੁਰਗੰਧ ਮਾਰਨ ਲੱਗ ਪੈਂਦੀ ਔਰ ਪੀਣ ਲਾਇਕ ਨਹੀਂ ਰਹਿੰਦਾ ਮੰਮੀ ਨੇ ਕਿਹਾ ਕਿ ਪੁੱਤ ਤੂੰ ਉੱਠ ਤੈਨੂੰ ਉੱਠਣਾ ਪੈਣਾ ਹੈ ਜੋ ਤੇਰੇ ਸੁਪਨੇ ਸੀ ਪੰਜਾਬ ਲਈ ਔਰ ਜੋ ਤੂੰ ਤੇਰੇ ਖੇਡਾਂ ਦੇ ਪ੍ਰਤੀ ਆਪਣੀ ਤੂੰ ਆਪਣੇ ਤੇਰੀਆਂ ਕੁਛ ਇੱਛਾਵਾਂ ਸੀਗੀਆਂ ਸੋ ਜ਼ਿੰਦਗੀ ਅੱਗੇ ਪਹਾੜ ਵਰਗੀ ਪਈ ਆ ਔਰ ਤੈਨੂੰ ਖੜ੍ਹਾ ਹੋਣਾ ਪੈਣਾ ਸੋ ਇਹ ਮੇਰੀ ਮਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਔਰ ਮੈਂ ਕੋਸ਼ਿਸ਼ ਕਰੀ ਵੀ ਮੈਂ ਕਿਹਾ ਮੰਮੀ ਮੇਰੇ ਤੋਂ ਉੱਠ ਵੀ ਨਹੀਂ ਹੁੰਦਾ ਮੰਮੀ ਕਹਿੰਦੇ ਕੋਈ ਗੱਲ ਨਹੀਂ ਤੂੰ ਹਲਕਾ ਹਲਕਾ ਸਟੈਚਿੰਗ ਕਰਨੀ ਸਟਾਰਟ ਕਰ ਮੈਂ ਲੇਟਾ ਲੇਟਾ ਸਟੈਚਿੰਗ ਕਰਦਾ ਰਹਿੰਦਾ ਸੀਗਾ ਅਤੇ ਮੈਂ ਯੋਗਾ ਕਰਦਾ ਰਹਿੰਦਾ ਸੀਗਾ ਮੋਰਨਿੰਗ ਕਿਉਂਕਿ ਦਿਨ ਰਾਤ ਮੰਜੇ 'ਤੇ ਪੈ ਰਹਿਣਾ ਕਦੀ ਨੀਂਦ ਆਉਂਦੀ ਸੀ ਨਹੀਂ ਆਉਂਦੀ ਸੀ ਸੋ ਐਵੇਂ ਕਰਦੇ ਕਰਦੇ ਫਿਰ ਮੈਂ ਇੱਕ ਡੰਡਾ ਲੈ ਕੇ ਡੰਡੇ ਨਾਲ ਤੁਰਨਾ ਸਟਾਰਟ ਕਰਿਆ ਚਲੋ ਮੈਂ ਖੜ੍ਹਾ ਹੋ ਗਿਆ ਮੈਂ ਹਲਕਾ ਹਲਕਾ ਰਿੰਗਣ ਲੱਗ ਪਿਆ ਰੇਂਗਦੇ ਫਿਰ ਤੁਸੀਂ ਲਾ ਲਓ ਵੀ 2016 ਤੋਂ 2017 ਦੇ ਵਿੱਚ ਵਿੱਚ 1 ਸਾਲ ਲੱਗਿਆ ਮੈਨੂੰ ਜਸਟ 1 ਜਾਂ ਅੱਧਾ ਕਿਲੋਮੀਟਰ ਤੁਰਨ ਨੂੰ 2017 ਆ ਗਿਆ ਚਲੋ ਮੈਂ ਸਟੈਚਿੰਗ ਕਰਨ ਲਈ ਫਿਰ ਦੁਬਾਰਾ
ਕਿਸੇ ਨੇ ਕਿਹਾ ਸੀ ਇੱਥੇ ਵੀ ਹੁਣ ਅਵਤਾਰ ਉੱਠ ਨਹੀਂ ਸਕਦਾ ਵੀ ਹੁਣ ਮੰਜੇ 'ਤੇ ਪੈ ਗਿਆ ਸਾਰੀ ਜ਼ਿੰਦਗੀ ਇੱਦਾਂ ਹੀ ਰਹੂਗਾ? ਦੇਖੋ ਮੇਰੇ ਤਾਂ ਐਵੇਂ ਦਾ ਮੇਰੇ ਨਾਲ ਬੀਤਿਆ ਭਾਣਾ ਵੀ ਤੁਸੀਂ ਮੰਨੋ ਵੀ ਇੱਕ ਤਾਂ ਮੈਂ ਬੈੱਡ 'ਤੇ ਸੀ ਔਰ ਲੋਕ ਕਹਿ ਰਹੇ ਸੀ ਕਿਉਂਕਿ ਲੋਕਾਂ ਨੇ ਪਹਿਲਾਂ ਮੈਨੂੰ ਦੇਖਿਆ ਸੀ ਟਰੋਫੀਆਂ ਲੈ ਕੇ ਆਉਂਦਾ ਔਰ ਰੋਪੜ ਲਈ ਮਾਣ ਪ੍ਰਾਪਤ ਕਰਦੇ ਨੂੰ ਲੋਕ ਕਹਿੰਦੇ ਇਹ ਤਾਂ ਹੁਣ ਅਪਾਹੀ ਜਾਓਗੇ ਇਹ ਹੁਣ ਤੁਰ ਨਹੀਂ ਸਕਦਾ ਇਹ ਤਾਂ ਹੁਣ ਬੈੱਡ 'ਤੇ ਹੀ ਲੇਟਿਆ ਰਹੇਗਾ ਇਹਦੀ ਹੁਣ ਗੱਲ ਕਿਤੇ ਨਹੀਂ ਬਣਨੀ ਹੈਗੀ ਸੋ ਲੋਕਾਂ ਨੇ ਵੀ ਕਿਹਾ ਰਿਸ਼ਤੇਦਾਰਾਂ ਨੇ ਵੀ ਕਿਹਾ ਸਾਡਿਆਂ ਨੇ ਠੀਕ ਹੈ ਇਹਨਾਂ ਸਾਰੇ ਦੀ ਗੱਲਾਂ ਨੂੰ ਮੈਂ ਫਿਰ ਵੀ ਇਗਨੋਰ ਕੀਤਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਪੰਜਾਬ ਲਈ ਕੁਛ ਕਰਾਂ ਮੈਂ ਪੰਜਾਬ ਲਈ ਆਪਣਾ ਜੋ ਵੀ ਜ਼ਿੰਦਗੀ 'ਚ ਹੈਗਾ ਏ ਜ਼ਿੰਦਗੀ 'ਚ ਕੁਛ ਨਾ ਕੁਛ ਕਰਕੇ ਜ਼ਰੂਰ ਜਾਵਾਂ ਸੋ ਮੈਂ ਐਵੇਂ ਹੀ ਮੈਂ ਜਿੰਮ ਪੁੱਜਿਆ ਮੈਂ ਉੱਥੇ ਜਾ ਕੇ ਫਿਰ ਸਟੈਚਿੰਗ ਸਟਾਰਟ ਕਰੀ ਫਿਰ ਉੱਥੇ ਮੇਰੇ ਇੱਕ ਫਰੈਂਡ ਸੀ ਤਰੁਣ ਗੁਪਤਾ ਜੀ ਤਰੁਣ ਗੁਪਤਾ ਜੀ ਨੇ ਮੈਨੂੰ ਕਿਹਾ ਕਿ ਅਵਤਾਰ ਹੁਣ ਆਪਾਂ ਐਵੇਂ ਕਰਦੇ ਕਿ ਤੁਸੀਂ ਅੱਧਾ ਕਿਲੋਮੀਟਰ 1 ਕਿਲੋਮੀਟਰ ਦਾ ਤੁਰਨ ਲੱਗ ਪਏ ਹੋ ਤੁਸੀਂ ਕੋਸ਼ਿਸ਼ ਕਰੋ ਤੁਸੀਂ 5 ਕਿਲੋਮੀਟਰ ਤੱਕ ਲਿਆਓ ਹਲੇ ਆਪਣੇ ਕੋਲ ਸਾਲ ਪਿਆ ਏ ਸੋ 2017-17 'ਚ ਮੈਂ 5 ਕਿਲੋਮੀਟਰ ਤੁਰਨ ਲੱਗ ਪਿਆ ਸੋ ਮੈਂ 5 ਕਿਲੋਮੀਟਰ ਤੋਂ ਫਿਰ 10 ਕਿਲੋਮੀਟਰ ਹੋ ਗਿਆ ਸੋ ਐਵੇਂ ਕਰਦੇ ਕਰਦੇ ਹੀ ਫਿਰ ਮੈਂ ਸਾਡਾ ਟਾਈਮ ਆ ਗਿਆ ਜਿਹੜਾ 11 ਫਰਵਰੀ 2018 ਜਿਹਦੀ ਤੁਸੀਂ ਫੋਟੋ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਮੇਰੀ ਲਾਈਫ ਦੀ ਪਹਿਲੀ ਹਾਫ ਮੈਰਾਥਨ ਸੀ ਪੰਜਾਬ ਹਾਫ ਮੈਰਾਥਨ ਜੋ ਕਿ ਨਸ਼ਿਆਂ ਦੇ ਵਿਰੋਧ ਵਿੱਚ ਕਰਾਈ ਗਈ ਸੀ ਨਾਰਕੋਟਿਕ ਡਿਪਾਰਟਮੈਂਟ ਵੱਲੋਂ ਸੋ ਉੱਥੋਂ ਮੇਰੀ ਜਰਨੀ ਸਟਾਰਟ ਹੋਈ ਉੱਥੇ ਜਾਣ ਲਈ ਨਾ ਮੇਰੇ ਕੋਲ ਬੂਟ ਠੀਕ ਹੈ ਮੈਂ ਐਵੇਂ ਆਪਣੇ ਟੁੱਟੇ ਫੁੱਟੇ ਬੂਟ ਪਾ ਕੇ ਉੱਥੇ ਚਲੇ ਗਿਆ ਜਿਵੇਂ ਮੈਂ ਚਾਹੁੰਦਾ ਸੀ ਵੀ ਹਾਂ ਚਲੋ ਮੈਂ ਚਾਹੇ 5 ਕਿਲੋਮੀਟਰ ਹੀ ਕਰ ਲਵਾਂ 10 ਕਰ ਲਵਾਂ ਚਾਹੇ ਮੇਰੇ ਤੋਂ 21 ਨਾ ਵੀ ਹੋਵੇ ਬਟ ਮੈਂ ਗਿਵ ਅਪ ਨਹੀਂ ਕਰਨਾ ਹੈਗਾ ਮੈਂ ਹਾਰ ਨਹੀਂ ਮੰਨਣੀ ਕਿਉਂਕਿ ਮੈਂ ਪਹਿਲਾਂ ਹੀ ਟੁੱਟ ਚੁੱਕਿਆ ਸੀਗਾ ਸੋ ਮੈਂ ਗਿਆ ਟੁੱਟੇ ਬੂਟ ਪਾ ਕੇ ਠੀਕ ਹੈ ਉਹ ਬੂਟ ਹੋਰ ਵੀ ਟੁੱਟ ਗਏ ਜੋ ਕਿ ਤੁਸੀਂ ਦੇਖ ਸਕਦੇ ਹੋ ਮੇਰੀ ਫੋਟੋ 'ਚ ਇਹ ਮੇਰੇ ਸੇਲ ਵਾਲੇ ਬੂਟ ਸੀਗੇ ਸੋ ਇਹ ਪਾ ਕੇ ਹੀ ਮੈਂ ਰਨਿੰਗ ਕਰੀ ਵਿੱਚ ਇਹ ਵੀ ਵਿਚਾਰੇ ਟੁੱਟ ਗਏ ਫਿਰ ਮੈਂ ਕੰਟੀਨਿਊ ਰਨਿੰਗ ਆਪਣੀ ਕਰਦਾ ਰਿਹਾ ਮੇਰੇ ਪੈਰਾਂ 'ਤੇ ਛਾਲੇ ਵੀ ਹੋ ਗਏ ਬਟ ਮੈਂ ਰੁਕਿਆ ਨਹੀਂ ਬਿਕੋਜ਼ ਉਦੋਂ ਮੇਰੀ ਜੋ ਇੱਜ਼ਤ ਦਾ ਸਵਾਲ ਸੀ ਜੋ ਮੇਰੀ ਇੱਕ ਅੰਦਰ ਦੀ ਇੱਕ ਆਤਮਾ ਸੀ ਉਹਨੂੰ ਉਸ ਨਾਲ ਇੱਕ ਬਹੁਤ ਬੜਾ ਬਲ ਮਿਲਣਾ ਸੀ ਸੋ ਮੈਂ ਆਪਣੀ ਮੈਰਾਥਨ ਕਰੀਬ ਰੱਖੀ ਦੌੜਦਾ ਗਿਆ ਸੋ ਪਰਮਾਤਮਾ ਦੀ ਐਸੀ ਮਿਹਰ ਹੋਈ ਤੁਸੀਂ ਮੰਨੋਗੇ ਨਹੀਂ ਕਿ ਮੈਂ ਉਹ ਆਪਣੀ ਮੈਰਾਥਨ 1 ਘੰਟਾ 57 ਮਿੰਟ ਅੰਦਰ ਹੀ ਖਤਮ ਕਰਕੇ ਮੈਡਲ ਪ੍ਰਾਪਤ ਕੀਤਾ ਪਹਿਲਾ ਮੈਡਲ ਸੀ ਵਾਲਾ ਉਹ ਮੇਰਾ ਪਹਿਲਾ ਮੈਡਲ ਸੀ ਜਿਹੜਾ ਕਿ ਮੈਂ ਸਭ ਤੋਂ ਪਹਿਲੇ ਨੰਬਰ 'ਤੇ ਲਗਾ ਰੱਖਿਆ ਹੈ ਔਰ ਉਸ ਤੋਂ ਬਾਅਦ ਫਿਰ ਮੈਂ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਮੈਂ 2018 'ਚ ਫਰਵਰੀ 2018 ਤੋਂ ਫਰਵਰੀ 2019 ਤੱਕ ਇੰਡੀਆ ਦੇ ਹਰ ਕੋਨੇ ਵਿੱਚ ਹਰ ਸਟੇਟ ਵਿੱਚ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਸੋ ਮੈਂ 51 ਮੈਰਾਥਨਾਂ ਕਰਕੇ ਨੈਸ਼ਨਲ ਰਿਕਾਰਡ ਬਣਾਇਆ ਜੋ ਕਿ ਓਫਿਸ਼ਲੀ ਨੈਸ਼ਨਲ ਰਿਕਾਰਡ ਔਰ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਦਰਜ ਕਰਾਇਆ ਮੇਰੀਆਂ 50 ਮੈਰਾਥਨਾਂ ਪੂਰੀਆਂ ਹੋ ਚੁੱਕੀਆਂ ਸੀ ਮੇਰਾ ਨੈਸ਼ਨਲ ਰਿਕਾਰਡ ਸੈੱਟ ਹੋ ਚੁੱਕਿਆ ਸੀਗਾ ਫਿਰ ਮੈਂ ਪਿੱਛੇ ਮੁੜ ਕੇ ਦੇਖਣਾ ਨਹੀਂ ਚਾਹੁੰਦਾ ਸੀ ਪਰ ਗਰੀਬੀ ਨੇ ਮੇਰਾ ਸਾਥ ਨਹੀਂ ਛੱਡਿਆ ਉਦੋਂ ਮੈਂ ਜਾਣਾ ਸੀ ਜਨਵਰੀ 2019 'ਚ ਟਾਟਾ ਮੁੰਬਈ ਮੈਰਾਥਨ ਕਰਨ ਜੋ ਕਿ ਇੰਟਰਨੈਸ਼ਨਲ ਮੈਰਾਥਨ ਦੇ ਤੌਰ 'ਤੇ ਜਾਣੀ ਜਾਂਦੀ ਹੈ ਉਸ ਵਿੱਚ ਅਕਰੋਸ ਦਾ ਵਰਲਡ ਅਥਲੀਟ ਆਉਂਦੇ ਨੇ ਸੋ ਇੰਟਰਨੈਸ਼ਨਲ ਅਥਲੀਟਾਂ ਨਾਲ ਤੁਸੀਂ ਦੌੜੋਗੇ ਔਰ ਤੁਸੀਂ ਪੈਰਾਂ 'ਚ ਤੁਹਾਡੇ ਕੋਲ ਸ਼ੂਜ਼ ਵੀ ਨਹੀਂ ਚੱਜਦਾ ਹੋਏਗਾ ਤਾਂ ਤੁਸੀਂ ਕਿਵੇਂ ਦੌੜ ਸਕਦੇ ਹੋ ਫਿਰ ਮੈਂ ਫਿਰ ਆਪਣੇ ਟੁੱਟੇ ਹੋਏ ਬੂਟ ਪਾ ਕੇ ਬੈਠਾ ਸੀ ਔਰ ਮੈਂ ਤਿਆਰੀ ਕਰ ਰਿਹਾ ਸੀ ਕਿ ਮੈਂ ਜਾਵਾਂ ਠੀਕ ਹੈ ਮੁੰਬਈ ਸੋ ਮੁੰਬਈ ਜਾਣ ਦਾ ਜੋ ਖਰਚਾ ਸੀ ਉਹ ਤਾਂ ਚਲੋ ਮੇਰੇ ਕਿਸੇ ਯਾਰ ਮਿੱਤਰ ਨੇ ਮੇਰਾ ਕਰਾ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਜਦੋਂ ਮੈਂ ਸੋਚਿਆ ਕਿ ਰਹਿਣਾ ਕਿੱਥੇ ਹੈ ਔਰ ਖਾਣਾ ਪੀਣਾ ਕੀ ਹੈ ਫਿਰ ਮੇਰੀ ਭੈਣ ਨੇ ਜਦੋਂ ਮੈਨੂੰ ਬੂਟਾਂ ਦੀ ਪ੍ਰੋਬਲਮ ਆਈ ਤਾਂ ਮੇਰੀ ਸਿਸਟਰ ਨੇ ਆਪਣੇ ਗਹਿਣੇ ਵੇਚ ਕੇ ਉਹਨੇ ਕਿਹਾ ਕਿ ਤੂੰ ਆਪਣਾ ਸੁਪਨਾ ਪੂਰਾ ਕਰ ਤੂੰ ਪੰਜਾਬ ਲਈ ਜਾਣਾ ਹੈ ਤੂੰ ਆਪਣੇ ਇੰਟਰਨੈਸ਼ਨਲ ਤੇਰੀ ਪਹਿਲੀ ਮੈਰਾਥਨ ਹੈਗੀ ਹੈ ਮੇਰੀ ਸਿਸਟਰ ਨੇ ਜੋ ਪਰਮਿੰਦਰ ਕੌਰ ਜੀ ਉਹਨਾਂ ਦਾ ਨਾਮ ਇਹਨੇ ਬੜੇ ਨੇ ਮੇਰੇ ਤੋਂ ਸੋ ਉਹਨਾਂ ਦਾ ਮੈਂ ਕਦੀ ਇਹ ਆਸਾਨ ਭੁੱਲ ਨਹੀਂ ਸਕਦਾ ਕਿਉਂਕਿ ਮੇਰੀ ਕਾਮਯਾਬੀ ਦੇ ਪਿੱਛੇ ਔਰਤਾਂ ਦਾ ਹੀ ਹੱਥ ਹੈ ਜੋ ਕਿ ਮੇਰੇ ਮਦਰ ਰਹੇ ਨੇ ਮੇਰੀ ਸਿਸਟਰ ਰਹੀ ਹੈ ਔਰ ਮੇਰੀ ਹੁਣ ਵਾਈਫ ਰਹੀ ਹੈ ਸੋ ਉਹਨਾਂ ਨੇ ਆਪਣੇ ਗਹਿਣੇ ਵੇਚ ਕੇ ਆਪਣੀ ਮੁੰਦੀ ਵੇਚ ਕੇ ਮੈਨੂੰ ਮੇਰੇ ਸ਼ੂਜ਼ ਦਵਾਏ ਜੋ ਕਿ ਮੈਂ ਉਸ ਨਾਲ ਆਪਣੀ 5 ਘੰਟੇ ਕੁਛ ਮਿੰਟ ਵਿੱਚ ਆਪਣੀ ਮੈਰਾਥਨ ਇੰਟਰਨੈਸ਼ਨਲ ਪਹਿਲੀ ਲੜੀ ਪਹਿਲੀ ਦੌੜੀ ਔਰ ਮੈਂ ਉਸ 'ਚ ਵੀ ਮੈਡਲ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੁਸੀਂ ਸ਼ੂਜ਼ ਕਿਹੜੇ ਨੇ ਉਹ ਵਾਲੇ ਜਿਹੜੇ ਤੁਹਾਡੀ ਸਿਸਟਰ ਨੇ ਸ਼ੂਜ਼ ਦਵਾਏ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਸ਼ੂਜ਼ ਮੈਂ ਹਮੇਸ਼ਾ ਹੀ ਇਹਨਾਂ ਨੂੰ ਆਪਣੀ ਔਕਾਤ ਦੇ ਤੌਰ 'ਤੇ ਇਹਨਾਂ ਨੂੰ ਮੈਂ ਆਪਣੀ ਹਮੇਸ਼ਾ ਇਹਨਾਂ ਨੂੰ ਆਪਣੇ ਕਰੀਬ ਰੱਖਦਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੈਂ ਫਿਰ ਇਹਨਾਂ ਨਾਲ ਮੈਂ ਅੱਗੇ ਜਾ ਕੇ ਵੀ ਅਕਰੋਸ ਇੰਡੀਆ 50 ਤੋਂ 60 ਮੈਰਾਥਨਾਂ ਫੇਅਰ ਕਰੀ ਆ ਦੇਖੋ ਤੁਸੀਂ ਇਹ ਅੰਦਰੋਂ ਵੀ ਮੈਂ ਫਿਰ ਪਲਸਤਰ ਕਰਾਏ ਹੋਏ ਨੇ ਸੋ ਦੇਖੋ ਇਹਨਾਂ ਦੇ ਕਈ ਵਾਰੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਅੰਦਰੋਂ ਵੀ ਇਹ ਰਿਪੇਅਰ ਹੋ ਚੁੱਕੇ ਨੇ ਔਰ ਬਟ ਮੈਂ ਹੁਣ ਵੀ ਇਹਨਾਂ ਨੂੰ ਆਪਣੇ ਦਿਲ ਦੇ ਕਰੀਬ ਰੱਖਦਾ ਹਾਂ ਇਹ ਤੁਹਾਡੀ ਸਿਸਟਰ ਨੇ ਸ਼ੂਜ਼ ਲੈ ਕੇ ਦਿੱਤੇ ਸੀ ਜੀ
ਅੱਛਾ ਹੁਣ ਆਪਾਂ ਗੱਲ ਕਰੀਏ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਅਵਾਰਡ ਵੀ ਇਹਨੇ ਜਿੱਤੇ ਤੁਸੀਂ ਸਾਈਕਲ ਦਾ ਵੀ ਕਿੱਸਾ ਸੁਣਾ ਰਹੇ ਸੀ ਵੀ ਤੁਸੀਂ ਸਾਈਕਲ ਲੈ ਕੇ ਗਏ ਕਬਾੜੀਏ ਕੋਲੋਂ ਅਤੇ ਉੱਥੇ ਅਸੀਂ ਇੰਟਰਨੈਸ਼ਨਲ ਜਿਹੜੇ ਬਾਹਰੋਂ ਆਏ ਸੀ ਜਿਹਦੇ ਰੇਸ ਹੋਣੀ ਸੀ ਸਾਈਕਲ ਦੀ ਉਹ ਕਿੱਸਾ ਕੀ ਸੀ ਦੇਖੋ ਜੀ ਫਿਰ ਐਵੇਂ ਸੀ ਜਦੋਂ ਮੇਰਾ ਮੈਂ ਰਨਿੰਗ 'ਚ ਆਪਣਾ ਘੱਟ ਤੋਂ ਘੱਟ 100 ਮੈਰਾਥਨ ਕਰ ਚੁੱਕਿਆ ਸੀਗਾ ਫਿਰ ਮੈਨੂੰ ਕਿਸੇ ਨੇ ਜਦੋਂ ਲੋਕ ਕਹਿੰਦੇ ਸੀ ਇਹ ਤਾਂ ਬਸ ਹੁਣ ਜੀ ਜਦੋਂ ਮੈਨੂੰ ਉਹਨਾਂ ਦੇ ਤਾਣੇ ਮਿਹਣੇ ਸੁਣਨੇ ਪੈਂਦੇ ਸੀ ਗਰੀਬੀ ਵੀ ਦੇਖਣੀ ਪੈਂਦੀ ਸੀ ਫਿਰ ਮੈਨੂੰ ਇੱਕ ਔਫਰ ਆਇਆ ਦਿੱਲੀ ਵਿੱਚ ਇੱਕ ਰੇਸ ਹੋਣੀ ਸੀ 200 ਕਿਲੋਮੀਟਰ ਸਾਈਕਲਿੰਗ ਦੀ ਸੋ ਉੱਥੇ ਮੈਨੂੰ ਇਨਵੀਟੇਸ਼ਨ ਆਈ ਕਿ ਅਵਤਾਰ ਤੂੰ ਆ ਪੰਜਾਬ ਵੱਲੋਂ ਪੰਜਾਬ ਨੂੰ ਰੀਪ੍ਰਜੈਂਟ ਕਰ ਜਾਂ ਆਪਣੇ ਰੋਪੜ ਸ਼ਹਿਰ ਨੂੰ ਰੀਪ੍ਰਜੈਂਟ ਕਰ ਸੋ ਮੈਂ ਉਦੋਂ ਫਿਰ ਮੇਰੇ ਕੋਲ ਇੱਕ ਪ੍ਰੋਬਲਮ ਆ ਗਈ ਕਿ ਮੈਂ ਤਾਂ ਉਹੀ ਸੀ ਜੋ ਕਮਾ ਰਿਹਾ ਉਹੀ ਖਾ ਰਿਹਾ ਸੀਗਾ ਸੋ ਗਰੀਬੀ ਨੇ ਮੇਰਾ ਪਲ ਪਲ ਸਾਥ ਨਹੀਂ ਛੱਡਿਆ ਫਿਰ ਮੈਨੂੰ ਇੱਕ ਸਾਈਕਲ ਦੀ ਲੋੜ ਪੈਣੀ ਸੀਗੀ ਫਿਰ ਮੇਰੇ ਮੰਮੀ ਦੀ ਜੋ ਮੇਰੇ ਮਦਰ ਸੀਗੇ ਉਹਨਾਂ ਨੂੰ ਡੈਡੀ ਦੀ ਪੈਨਸ਼ਨ ਮਿਲਦੀ ਸੀ ਜੋ ਕਿ 2200 ਦੇ ਕਰੀਬ ਸੀਗੀ ਸੋ ਅਸੀਂ ਮੈਂ ਮੰਮੀ ਨੂੰ ਕਿਹਾ ਮੰਮੀ ਮੈਂ ਉਹਨੂੰ ਵੀ ਹੁਣ ਮੈਂ ਫਿਰ ਫਸ ਗਿਆ ਜਾਂ ਮੇਰੇ ਹੁਣ ਫਿਰ ਮੈਨੂੰ ਜੋ ਸੁਪਨੇ ਨੇ ਉਹ ਧੁੰਦਲੇ ਪੈਂਦੇ ਨਜ਼ਰ ਆਉਂਦੇ ਨੇ ਮੇਰੀ ਮੰਮੀ ਨੇ ਫਿਰ ਮੇਰੇ ਸਿਰ 'ਤੇ ਹੱਥ ਰੱਖਿਆ ਉਹਨਾਂ ਨੇ ਕਿਹਾ ਕਿ ਤੂੰ ਇਹ ਲੈ 700-800 ਰੁਪਇਆ ਜੋ ਤੈਨੂੰ ਜੋ ਵੀ ਸਾਈਕਲ ਮਿਲਦਾ ਹੈ ਜਿੱਦਾਂ ਦਾ ਵੀ ਮਿਲਦਾ ਹੈ ਤੂੰ ਜਾ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਜਦੋਂ ਮੈਂ ਸਾਈਕਲ ਲੈ ਕੇ ਆਪਣਾ ਹਰਿਆਣਾ ਰੋਡਵੇਜ਼ ਦੀ ਬੱਸ ਤੋਂ ਥੱਲੇ ਉਤਰਿਆ ਦਿੱਲੀ ਵਿੱਚ ਜਿੱਥੇ ਰੇਸ ਹੋਣੀ ਸੀ ਸਵੇਰੇ ਸੋ ਜਦੋਂ ਮੈਂ ਉੱਥੇ ਪੁੱਜਾ ਤਾਂ ਉਹਨਾਂ ਨੇ ਫਿਰ ਮੇਰਾ ਉੱਥੇ ਸਾਰਿਆਂ ਨੇ ਮਜ਼ਾਕ ਉਡਾਇਆ ਕਿ ਇਹ ਕਿੱਥੋਂ ਆ ਗਿਆ ਇਹ ਟੁੱਟਿਆ ਹੋਇਆ ਸਾਈਕਲ ਲੈ ਕੇ ਜੋ ਕਿ ਐਟਲਸ ਸੀਗਾ ਅਤੇ ਉਹ ਕਹਿੰਦੇ ਵੀ ਇਹ ਸਾਈਕਲ ਨਾਲ ਕਿੱਦਾਂ ਰੇਸ ਕਰ ਲਏਗਾ ਪਰ ਉੱਥੇ ਵੀ ਮੇਰੀ ਮਾਂ ਦੀਆਂ ਦੁਆਵਾਂ ਨੇ ਔਰ ਮੇਰੀ ਵਿਲ ਪਾਵਰ ਨੇ ਔਰ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਉੱਥੇ ਵੀ ਮੈਂ ਉਹ ਰੇਸ 10 ਘੰਟੇ ਅੰਦਰ ਖਤਮ ਕਰਕੇ ਮੈਡਲ ਪ੍ਰਾਪਤ ਕੀਤਾ ਅੱਛਾ ਹੁਣ ਤੁਸੀਂ ਸਾਰੀ ਗੱਲਬਾਤ ਰੱਖੀ ਹੈ ਇਹਨੇ ਅਵਾਰਡ ਜਿੱਤ ਲਏ ਇਹਨੇ ਮੈਡਲ ਜਿੱਤ ਲਏ ਫੋਟੋਆਂ ਵੀ ਹੋ ਗਈਆਂ ਤਸਵੀਰਾਂ ਵੀ ਕਰ ਲਈਆਂ ਜਦੋਂ ਤੁਸੀਂ ਇੱਥੋਂ ਜਾਂਦੇ ਹੋ ਜਾਂ ਕਿਸੇ ਤੁਹਾਡੇ ਹਲਕੇ ਦੇ MLA MP ਨਾਲ ਜਾਂ ਕਿਸੇ ਮਿਨਿਸਟਰ ਨਾਲ ਗੱਲ ਕੀਤੀ ਸਪੋਰਟਸ ਮਿਨਿਸਟਰ ਤੁਹਾਡੇ ਨਾਲ ਨੇ ਤਸਵੀਰ ਹੈਗੀ ਹੈ ਗੱਲ ਰੱਖੀ ਕਿ ਮੈਂ ਮੈਰਾਥਨ ਅਥਲੀਟ ਵਿੱਚ ਹਿੱਸਾ ਲੈਣਾ ਮੈਂ ਉੱਥੇ ਜਾ ਕੇ ਪਾਰਟੀਸਪੇਟ ਕਰਨਾ ਪੰਜਾਬ ਨੂੰ ਰੀਪ੍ਰਜੈਂਟ ਕਰਨਾ ਜਾ ਕੇ ਤੁਸੀਂ ਮੇਰੀ ਮਦਦ ਕਰੋ ਦੇਖੋ ਜੀ ਐਵੇਂ ਹੈ ਜਿਵੇਂ ਜਿਵੇਂ ਮੇਰੇ ਰਿਕਾਰਡ ਨੈਸ਼ਨਲ ਟੂ ਇੰਟਰਨੈਸ਼ਨਲ ਬਣਦੇ ਗਏ ਸਾਲ ਦੇ ਸਾਲ ਮੈਂ 50 ਤੋਂ 100 ਤੋਂ 150 ਮੈਰਾਥਨਾਂ 'ਤੇ ਆਇਆ ਜਿਵੇਂ ਜਿਵੇਂ ਮੇਰੇ ਰਿਕਾਰਡ ਬਣਦੇ ਗਏ ਅਤੇ ਸਾਡੇ ਇੱਥੇ ਜੋ ਸਾਡੇ ਪੋਲੀਟੀਸ਼ੀਅਨ ਨੇ ਜੋ ਸਾਡੇ ਮਾਣਯੋਗ ਅਫਸਰ ਨੇ ਐਡਮਿਨਿਸਟ੍ਰੇਸ਼ਨ ਦੇ ਸੋ ਸਾਡੇ DC ਸਾਹਿਬਾਨ ਸੀਗੇ ਉਹਨਾਂ ਨੇ ਵੀ ਮੈਨੂੰ ਅਵਾਰਡ ਆਫ ਓਨਰ ਕਰਿਆ ਸਾਡੇ ਮਾਣਯੋਗ ਖੇਡ ਮੰਤਰੀ ਜੀ ਨੇ ਸਾਡੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾਰੀ ਜੀ ਨੇ ਫਿਰ ਸਾਡੇ ਮਾਣਯੋਗ ਵਿਧਾਨ ਸਭਾ ਸਪੀਕਰ ਪੰਜਾਬ ਦੇ ਇਹਨਾਂ ਨੇ ਵੀ ਅਵਾਰਡ ਆਫ ਓਨਰ ਕਰਿਆ ਜਦੋਂ ਇਹ ਅਵਾਰਡ ਆਫ ਓਨਰ ਜਦੋਂ ਜਦੋਂ ਇਹਨਾਂ ਨੇ ਕਰਿਆ ਸੋ ਇਹਨਾਂ ਨੇ ਮੈਨੂੰ ਦਲਾਸਾ ਵੀ ਦਿੰਦੇ ਰਹੇ ਕਿ ਚਲੋ ਅਵਤਾਰ ਵੀ ਜਦੋਂ ਕੋਈ ਸਹੀ ਜੋਬ ਵਕੈਂਸੀ ਨਿਕਲੇਗੀ ਅਸੀਂ ਤੁਹਾਨੂੰ ਦੇਵਾਂਗੇ ਬਟ ਹਾਲੇ ਤੱਕ ਮੇਰੇ ਨਿਰਾਸ਼ਾ ਹੀ ਹੱਥ ਲੱਗੀ ਹੈ ਜੀ ਇਸ ਮਾਮਲੇ 'ਚ ਤਾਂ ਮਿਲਖਾ ਸਿੰਘ ਨੂੰ ਕਦੇ ਮਿਲੇ ਹੁਣ ਇਸ ਦੁਨੀਆਂ 'ਤੇ ਨਹੀਂ ਹੈਗੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਾਂ ਫੌਜਾ ਸਿੰਘ ਨਾਲ ਮੁਲਾਕਾਤ ਹੋਈ ਜੇ ਹੋਈ ਤਾਂ ਕੀ ਕਹਿੰਦੇ ਸਨ ਦੇਖੋ ਜੀ ਰਨਿੰਗ 'ਚ ਮੇਰੇ ਤਾਂ ਇਹ ਗੁਰੂ ਮੇਰੇ ਤਾਂ ਇਹ ਪਹਿਲਾਂ ਵੀ ਮੇਰੇ ਲਈ ਜੀਂਦੇ ਸੀ ਔਰ ਇਹ ਹੁਣ ਵੀ ਮੇਰੇ ਲਈ ਜੀਂਦੇ ਨੇ ਮਿਲਖਾ ਸਿੰਘ ਜੀ ਉਹਨਾਂ ਦੀ ਮੈਂ ਜਦੋਂ ਨਾਸਿਕ ਮੈਰਾਥਨ ਕਰਨ ਗਿਆ ਮੇਰੀ ਨਾਸਿਕ ਉਹਨਾਂ ਦੀ ਉਹਨਾਂ ਨਾਲ ਮੁਲਾਕਾਤ ਤਾਂ ਨਹੀਂ ਹੋ ਸਕੀ ਕਿਉਂਕਿ ਉਦੋਂ ਮੈਂ ਨਵੀਂ ਨਵੀਂ ਸਟਾਰਟ ਕਰੀ ਸੀ ਮੈਰਾਥਨ ਕਰਨੀ ਪਰ ਉਹ ਸਟੇਜ 'ਤੇ ਸੀ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਤੋਂ ਆਸ਼ੀਰਵਾਦ ਲਿਆ ਔਰ ਇਸ ਤੋਂ ਬਾਅਦ ਜਦੋਂ ਮੇਰੀ ਜਦੋਂ ਮੈਂ ਪੰਜਾਬ 'ਚ ਕਰ ਰਿਹਾ ਸੀਗਾ ਫੌਜਾ ਸਿੰਘ ਜੀ ਜੋ ਸਾਡੇ ਵਰਲਡ ਰਿਕਾਰਡ ਹੋਲਡਰ ਨੇ 110 ਸਾਲ ਦੇ ਮੈਰਾਥਨਰ ਨੇ ਸੋ ਉਹਨਾਂ ਦਾ ਮੈਨੂੰ ਇੱਥੇ ਸਾਡੇ ਸ਼੍ਰੀ ਅਨੰਦਪੁਰ ਸਾਹਿਬ 'ਚ ਵਿਸਾਖੀ ਹਾਂ ਮੈਰਾਥਨ 'ਚ ਉਹਨਾਂ ਦਾ ਆਸ਼ੀਰਵਾਦ ਲੈਣ ਦਾ ਉਹਨਾਂ ਦੇ ਹੱਥੋਂ ਮੈਨੂੰ ਮੈਡਲ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਸੋ ਉਹਨਾਂ ਨੂੰ ਮੈਂ ਆਪਣੀ ਦਸਾਂ ਵੀ ਦੱਸੀ ਕਿ ਬਾਬਾ ਜੀ ਮੈਂ ਹੁਣ ਸਟਾਰਟ ਕਰੀ ਹੈ ਮੈਰਾਥਨ ਕਰਨੀ ਔਰ ਲੋਕ ਮੈਨੂੰ ਬੜੇ ਤਾਣੇ ਮਿਹਣੇ ਦਿੰਦੇ ਨੇ ਕਹਿੰਦੇ ਨੇ ਕਿ ਇਹ ਤਾਂ ਅਮੀਰਾਂ ਦੀ ਗੇਮ ਹੈ ਤੂੰ ਕਿੱਥੇ ਆ ਕੇ ਫਸ ਗਿਆ ਤੇਰੇ ਪੱਲੇ ਤਾਂ ਕੁਛ ਵੀ ਨਹੀਂ ਤੂੰ ਫਟੇ ਹੋਏ ਬੂਟ ਪਾ ਕੇ ਆ ਜਾਂਦਾ ਮੈਰਾਥਨ 'ਤੇ ਬਾਬਾ ਜੀ ਨੇ ਬਾਬਾ ਫੌਜਾ ਸਿੰਘ ਜੀ ਨੇ ਮੈਨੂੰ ਇਹੀ ਦਿਲਾਸਾ ਦਿੱਤਾ ਕਿ ਪੁੱਤ ਜਿੰਨਾ ਤੈਨੂੰ ਲੋਕ ਮਾੜਾ ਬੋਲਣਗੇ ਤੇਰੀ 19 ਬੱਲੇ ਬੱਲੇ ਹੋਏਗੀ ਉਹੀ ਬੱਲੇ ਬੱਲੇ ਹੈ ਕਿ ਅੱਜ ਤੱਕ ਮੇਰੀ ਬੱਲੇ ਬੱਲੇ ਮੈਰਾਥਨ ਐਜ਼ ਏ ਮੈਰਾਥਨ ਅਥਲੀਟ ਹੋ ਰਹੀ ਹੈ ਔਰ ਮੈਂ ਪੰਜਾਬ ਦਾ ਹਰ ਜਗ੍ਹਾ ਨਾਮ ਚਮਕਾਇਆ ਹੈ ਹੁਣ ਜਿਵੇਂ ਕਿੰਨੇ ਮੈਡਲ ਹੋਣਗੇ ਵਾਲੇ ਕਹਿੰਦੇ ਕਿ ਮੈਂ ਜਿਵੇਂ ਹੁਣ ਸ਼ੁਰੂਆਤ 'ਚ ਇੱਕ ਗੱਲ ਕਹੀ ਕਿ ਮੈਡਲ ਗਿਣ ਕਿੰਨੀ ਚਿੰਨ ਕੇ ਲਾਏ ਜਾਂਦੇ ਨੇ ਆਈਡੀਆ ਕਿੰਨੇ ਕੁ ਮੈਡਲ ਹੋਣਗੇ ਕਿੰਨੇ ਕੁ ਅਵਾਰਡ ਤੁਸੀਂ ਪ੍ਰਾਪਤ ਕੀਤੇ ਨੇ ਦੇਖੋ ਜੀ ਮੈਂ ਤਾਂ ਤਕਰੀਬਨ ਮੈਂ ਜਿੱਥੇ ਵੀ ਇੰਡੀਆ 'ਚ ਮੈਰਾਥਨ ਅਕਰੋਸ ਇੰਡੀਆ ਲਾਇਕ ਤੁਸੀਂ ਲਾ ਲਓ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਆਂਧਰਾ ਪ੍ਰਦੇਸ਼ ਕਨੇਡਾ ਤੱਕ ਜਿੱਥੇ ਵੀ ਇੰਡੀਆ ਦਾ ਅੰਤ ਹੁੰਦਾ ਹੈ ਜਾਂ ਤੁਸੀਂ ਗੁਜਰਾਤ ਰਾਜਸਥਾਨ ਮਹਾਰਾਸ਼ਟਰ ਕਹਿ ਲਓ ਜਿੱਥੇ ਵੀ ਇੰਡੀਆ 'ਚ ਕੋਈ ਮੈਰਾਥਨ ਹੁੰਦੀ ਹੈ ਉੱਥੇ ਮੈਨੂੰ ਐਜ਼ ਏ ਉਹ ਅੰਬੈਸਡਰ ਆਪਣਾ ਮੈਰਾਥਨ ਦਾ ਬਣਾਉਂਦੇ ਨੇ ਸੋ ਮੈਨੂੰ ਇੰਨਾ ਉਹ ਦੇਖੋ ਜਿਹੜੀ ਬਾਹਰਲੀ ਸਟੇਟਾਂ ਵਾਲੇ ਨੇ ਉਹ ਮੈਨੂੰ ਇੰਨਾ ਮਾਣ ਦਿੰਦੇ ਨੇ ਮੈਨੂੰ ਸਪੈਸ਼ਲ ਉਹ ਅਵਾਰਡ ਆਫ ਓਨਰ ਕਰਦੇ ਨੇ ਕਿ ਚਲੋ ਇਹ ਸਾਡੇ ਇੰਡੀਆ ਦਾ ਅਥਲੀਟ ਹੈ ਸਾਡੇ ਇੰਡੀਆ ਦੇ ਜੋ ਇੰਡੀਆ ਦੀ ਜੋ ਐਥਲੈਟਿਕ ਜੋ ਮੈਰਾਥਨ ਗੇਮ ਹੈਗੀ ਹੈ ਇਹਨੂੰ ਵਰਲਡ ਲੈਵਲ 'ਤੇ ਲੈ ਕੇ ਆਇਆ ਜਾਂ ਇੰਟਰਨੈਸ਼ਨਲ ਲੈਵਲ 'ਤੇ ਵੀ ਇਹਨੇ ਰੀਪ੍ਰਜੈਂਟ ਕਰਿਆ ਜਿਵੇਂ ਕਿ ਮੈਂ 30 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਰਾਥਨਾਂ ਵਰਚੁਅਲੀ ਕਰ ਚੁੱਕਿਆ ਹਾਂ ਸੋ ਐਵੇਂ ਹੈ ਕਿ ਪਰ
ਜਿਸ ਲਈ ਇੱਕ ਖਿਡਾਰੀ ਮਰਦਾ ਹੈ ਆਪਣੇ ਆਪਣੇ ਰਾਜ ਲਈ, ਜਿਵੇਂ ਮੈਂ ਆਪਣੇ ਪੰਜਾਬ ਲਈ ਖੇਡਿਆ, ਆਪਣੇ ਪੰਜਾਬ ਤੋਂ ਜੋ ਵੀ ਸਾਡੇ ਪੰਜਾਬ ਤੇ ਕਲੰਕ ਲੱਗਿਆ ਹੋਇਆ ਹੈ ਨਸ਼ਿਆਂ ਦਾ, ਜੋ ਫਿਲਮਾਂ ਬਣਦੀਆਂ ਹੈ ਕਿ ਪੰਜਾਬ ਦੇ ਨੌਜਵਾਨਾਂ ਨਸ਼ੇੜੀ ਹੋ ਗਏ, ਨਸ਼ੇੜੀ ਹੋ ਗਏ, ਸੋ ਖਿਡਾਰੀ ਹਮੇਸ਼ਾ ਹੀ ਖਿਡਾਰੀ ਦਾ ਇਹੀ ਇੱਕ ਉਪਰਾਲਾ ਰਹਿੰਦਾ ਹੈ ਕਿ ਉਹ ਆਪਣੇ ਪੰਜਾਬ ਨੂੰ ਜਾਂ ਆਪਣੇ ਰਾਜ ਨੂੰ ਹਮੇਸ਼ਾ ਹੀ ਸੋਨੇ ਦੀ ਚਿੜੀ ਬਣਾਵੇ। ਹੁਣ ਅੱਗੇ ਜਿਸ ਤੱਕ ਦੀ ਸਾਰੀ ਗੱਲਬਾਤ ਰੱਖੀ, ਹੁਣ ਅੱਗੇ ਕੀ, ਅੱਗੇ ਗੱਲਬਾਤ ਹੋਈ ਕਿਸੇ ਨਾਲ ਜਾਂ ਤੁਹਾਡੇ ਇੱਥੋਂ ਦੇ ਕਿਸੇ ਲੋਕਲ ਮਿਨਿਸਟਰ ਨਾਲ ਗੱਲਬਾਤ ਰੱਖੀ ਜਾਂ ਚਿੱਠੀ ਵਗੈਰਾ ਜਾਂ ਫੋਨ ਵਗੈਰਾ ਕਰਨੇ ਹੋ ਵੀ ਹੁਣ ਮੈਂ ਐਥਲੀਟ ਹਾਂ ਅਤੇ ਮੇਰੀ ਹੈਲਪ ਕੀਤੀ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਘੱਟ ਐਥਲੀਟ ਨੇ ਜਾਂ ਮੈਰਾਥੋਨ ਵੀ ਸ਼ਾਇਦ ਸਮਝਦੇ ਹੋਣਗੇ, ਬਹੁਤ ਘੱਟ ਸਮਝਦੇ ਨੇ ਫੁੱਲ ਮੈਰਾਥੋਨ ਕਿਹਨੂੰ ਕਹਿੰਦੇ ਨੇ, ਹਾਫ ਮੈਰਾਥੋਨ ਕੀ ਹੈ, ਫਿਰ ਅੱਗੇ ਹੁਣ ਕੀ ਕਰੋਗੇ ਜਾ ਕੇ? ਦੇਖੋ ਜੀ, ਜਦੋਂ ਮੈਂ ਹੁਣ ਆਪਣਾ ਮੈਂ ਇੰਟਰਨੈਸ਼ਨਲ ਰਿਕਾਰਡ ਬਣਾਇਆ ਹੈ ਤਾਂ ਜਦੋਂ ਮੈਂ ਹੁਣ ਇੰਟਰਨੈਸ਼ਨਲ ਲੈਵਲ 'ਤੇ ਇੰਡੀਆ 'ਚ ਹੀ ਰਨਿੰਗ ਕਰੀ ਹੈ, ਹਾਲੇ ਤੱਕ ਮੈਂ ਇੰਟਰਨੈਸ਼ਨਲ ਲੈਵਲ 'ਤੇ ਬਾਹਰ ਜਾ ਕੇ ਆਪਣੇ ਇੰਡੀਆ ਨੂੰ ਰੀਪ੍ਰਜੈਂਟ ਨਹੀਂ ਕਰ ਸਕਿਆ। ਸੋ ਹੁਣ ਮੈਂ ਮੰਗ ਕੀਤੀ ਸੀ ਕਿ ਸਰਕਾਰ ਨੂੰ ਕਿ ਮੈਨੂੰ ਇੱਕ ਬਣਦੀ ਜੋਬ ਦਿੱਤੀ ਜਾਵੇ, ਮੈਨੂੰ ਚੰਗੀ ਕੋਚਿੰਗ ਦਿੱਤੀ ਜਾਵੇ ਕਿ ਮੈਂ ਵੀ ਜਿੱਦਾਂ ਮਿਲਖਾ ਸਿੰਘ ਜੀ ਨੇ ਆਪਣੇ ਆਪਣੇ ਦੇਸ਼ ਦਾ ਅਕਰੋਸ ਵਰਲਡ ਨਾਮ ਚਲਾਇਆ ਹੈ। ਸੋ ਮੈਂ ਵੀ ਇਹ ਮੰਗ ਕੀਤੀ ਸੀ, ਮੈਂ ਆਪਣੇ ਜੋ ਸਾਡੇ ਮੀਡੀਆ ਭਾਈਚਾਰਾ ਹੈਗਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰੀ ਮੰਗ ਅੱਗੇ ਰੱਖੀ ਜਾਵੇ ਜੋ ਸਾਡੇ ਖੇਡ ਮੰਤਰੀ ਜੀ ਨੇ। ਸੋ ਮੈਂ ਫਿਰ ਮੇਰੇ ਫੀਵਰ 'ਚ ਮੈਂ ਕਈ ਇੱਥੇ ਆਪਣੇ ਜੋ ਸਾਡੇ ਪੰਜਾਬ ਗੌਰਮੈਂਟ ਦੇ ਜੋ ਪੋਲੀਟਿਕਸ ਨੇ, ਉਹਨਾਂ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਮਿਲ ਨਹੀਂ ਸਕਿਆ ਮੁੜ ਕੇ। ਪਰ ਇੱਥੇ ਸਾਡੇ ਆਪ ਦੇ ਸਾਂਸਦ ਨੇ ਅਮਰਜੀਤ ਸਿੰਘ ਸੰਧੋਆ ਜੀ, ਉਹਨਾਂ ਨੇ ਮੇਰਾ ਹਾਲ ਪੁੱਛਿਆ ਆ ਕੇ ਅਤੇ ਉਹਨਾਂ ਨੇ ਮੇਰੇ ਬਾਬਤ ਸਾਡੇ ਮਾਣਯੋਗ ਸਪੋਰਟਸ ਮਿਨਿਸਟਰ ਜੀ ਨੂੰ ਚਿੱਠੀ ਦਿੱਤੀ ਹੈ ਲਿਖ ਕੇ। ਉਹ 'ਚ ਉਹਨਾਂ ਨੇ ਬਕਾਇਦਾ ਲਿਖਿਆ ਕਿ ਅਵਤਾਰ ਨੇ ਆਪਣੇ ਰਾਜ ਦਾ, ਆਪਣੇ ਭਾਰਤ ਦਾ, ਇੰਡੀਆ ਦਾ ਨਾਮ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਰੋਸ਼ਨ ਕੀਤਾ ਹੈ। ਸੋ ਤੁਸੀਂ ਅੱਗੇ ਵੀ ਜੇ ਚਾਹੁੰਦੇ ਹੋ ਕਿ ਇਹ ਇੱਦਾਂ ਹੀ ਰੋਸ਼ਨ ਕਰਦਾ ਰਹੇ, ਕਿਉਂਕਿ ਹਰ ਖਿਡਾਰੀ ਨੂੰ ਪ੍ਰੋਪਰ ਡਾਇਟ ਦੀ ਔਰ ਪ੍ਰੋਪਰ ਨਿਊਟ੍ਰੀਸ਼ਨ, ਪ੍ਰੋਪਰ ਕੋਚਿੰਗ ਦੀ ਲੋੜ ਪੈਂਦੀ ਹੈ ਜੇ ਉਹਨੇ ਜਾ ਕੇ ਇੰਟਰਨੈਸ਼ਨਲ ਐਥਲੀਟਾਂ ਦੇ ਨਾਲ ਭੱਜਣਾ ਹੈ। ਸੋ ਉਹਨਾਂ ਨੇ ਮੇਰੇ ਬਾਬਤ ਚਿੱਠੀ ਲਿਖੀ ਹੈ ਕਿ ਅਵਤਾਰ ਨੂੰ ਇਸਦੀ ਜੋ ਪੰਜਾਬ ਸਰਕਾਰ ਵੱਲੋਂ ਸਹਾਇਤਾ ਕੀਤੀ ਜਾਵੇ, ਜੋ ਇਸਦੀ ਬਣਦੀ ਨੌਕਰੀ ਹੈ ਉਸਨੂੰ ਦਿੱਤੀ ਜਾਵੇ। ਦੂਜੇ ਪਾਸੇ ਹੁਣ ਜ਼ਿਕਰ ਕਰੀਏ ਹਰਿਆਣੇ ਦਾ, ਤੁਸੀਂ ਕਹਿ ਰਹੇ ਹੋ ਸੀ ਕਿ ਹਰਿਆਣੇ 'ਚ ਵੀ ਤੁਹਾਨੂੰ ਫੋਨ ਕਾਲ ਆਉਂਦੇ ਨੇ ਵੀ ਤੁਸੀਂ ਹਰਿਆਣੇ 'ਚ ਰਜਿਸਟਰਡ ਹੋ ਜਾਓ, ਤੁਹਾਨੂੰ ਸਭ ਕੁਝ ਮਿਲੂਗਾ, ਕਿ ਹਰਿਆਣੇ ਵਾਲੇ ਇਸ ਗੇਮ ਨੂੰ ਸਮਝਦੇ ਨੇ? ਤੁਸੀਂ ਪੰਜਾਬ ਦਾ ਜ਼ਿਕਰ ਕਰ ਰਹੇ ਹੋ, ਜੇ ਪੰਜਾਬ 'ਚ ਮਿਨਿਸਟਰ ਸਮਝਦੇ ਹੁੰਦੇ ਅੱਜ ਤੁਹਾਡੀ ਕਿਤੇ ਨਾ ਕਿਤੇ ਮਦਦ ਹੁੰਦੀ, ਹਰਿਆਣੇ ਵਾਲੇ ਕੀ ਤੁਹਾਨੂੰ ਕਹਿੰਦੇ ਨੇ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ, ਜਿਹੜੀ ਹਰਿਆਣਾ ਸਰਕਾਰ ਆ ਉਹਦੀ ਪੋਲਿਸੀ ਬੜੀ ਕਲੀਅਰ ਹੈ। ਉਹ ਆਪਣੇ ਸਪੋਰਟਸਮੈਨ ਨੂੰ ਜਿੱਥੋਂ ਉਹਦੀ ਟ੍ਰੇਨਿੰਗ ਸਟਾਰਟ ਹੁੰਦੀ ਹੈ ਉੱਥੋਂ ਹੀ ਉਹਦੀ ਉਹਨੂੰ ਅੰਡਰ ਗਾਈਡੈਂਸ ਲੈ ਲੈਂਦੀ ਹੈ, ਉੱਥੋਂ ਤੋਂ ਹੀ ਉਹਦੀ ਜੋ ਜੋ ਡਾਇਟ ਹੈ, ਜੋ ਨਿਊਟ੍ਰੀਸ਼ਨ ਵਾਈਜ਼ ਹੈ, ਉਸਦੀ ਜੋ ਕੋਚਿੰਗ ਹੈ, ਉਸ 'ਤੇ ਬੜਾ ਹੀ ਉਹਨਾਂ ਨੇ ਵਧੀਆ ਪੋਲਿਸੀ ਬਣਾ ਰੱਖੀ ਹੈ। ਸੋ ਜਦੋਂ ਮੈਂ ਆਪਣੀਆਂ 100 ਮੈਰਾਥਨਾਂ ਕਰ ਰਿਹਾ ਸੀ ਤਾਂ ਮੈਨੂੰ ਜੋ ਮੈਂ ਵਰਲਡ ਰਿਕਾਰਡ ਬਣਾਉਣਾ ਸੀ ਆਪਣਾ, ਸੋ ਉਸਦੇ ਅਧਾਰੇ ਕੁਛ ਹਰਿਆਣੇ ਤੋਂ ਬਿਲੋਂਗ ਕਰਦੇ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਅਵਤਾਰ ਤੂੰ ਸਾਡੇ ਹਰਿਆਣੇ 'ਤੇ ਆ ਜਾ, ਤੂੰ ਹਰਿਆਣੇ ਨੂੰ ਰੀਪ੍ਰਜੈਂਟ ਕਰ, ਜੋ ਵੀ ਤੂੰ ਜਿੱਥੇ ਵੀ ਇੰਡੀਆ 'ਚ ਇਸ ਟਾਈਮ ਉਹ ਮੈਰਾਥਨ ਕਰ ਰਿਹਾ, ਸੋ ਜਿੱਦਾਂ ਤੂੰ ਮੈਡਲ ਪੰਜਾਬ ਲਈ ਰੱਖੇ ਆ, ਤੂੰ ਉਹ ਸਾਰੇ ਸਾਡੇ ਹਰਿਆਣੇ ਲਈ ਲਿਆ, ਸੋ ਅਸੀਂ ਤੈਨੂੰ ਜੋ ਤੇਰਾ ਬਣਦਾ ਹੈ ਕਿ ਤੈਨੂੰ ਚੰਗੀ ਜੋਬ ਵੀ ਦੇਵਾਂਗੇ, ਸੋ ਜੋ ਤੇਰੀ ਬਣਦੀ ਹੈ ਤੈਨੂੰ ਇੱਕ ਅਕੈਡਮੀ ਦੇਵਾਂਗੇ ਜੇ ਤੂੰ ਅੱਗੇ ਬੱਚਿਆਂ ਨੂੰ ਟ੍ਰੇਨਿੰਗ ਕਰਨੀ ਦੇਣੀ ਚਾਹੇਗਾ, ਸੋ ਤੈਨੂੰ ਦੇਖ ਕੇ ਐਥਲੈਟਿਕ 'ਚ ਹੋਰ ਵੀ ਐਥਲੀਟ ਬਾਹਰ ਨਿਕਲਣ। ਬਟ ਉਸ ਟਾਈਮ ਮੈਂ ਪੰਜਾਬ ਦਾ ਜੰਮਿਆ ਪਲਿਆ ਸੀਗਾ, ਮੇਰੇ ਸ਼ੁਰੂ ਤੋਂ ਮੇਰੇ ਦਿਮਾਗ 'ਚ ਇੱਕ ਇਹ ਸੋਚ ਸੀ ਕਿ ਮੈਂ ਪੰਜਾਬ 'ਤੇ ਜੋ ਨਸ਼ਿਆਂ ਦਾ ਕਲੰਕ ਲੱਗਿਆ ਹੋਇਆ, ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਵੀ ਇੰਡੀਆ 'ਚ ਬਾਹਰ ਗਿਆ, ਚਾਹੇ ਮੈਂ ਆਂਧਰਾ ਪ੍ਰਦੇਸ਼ ਗਿਆ, ਮੈਂ ਕਰਨਾਟਕਾ ਗਿਆ, ਮੈਂ ਹੈਦਰਾਬਾਦ ਗਿਆ, ਮੈਂ ਗੁਜਰਾਤ, ਰਾਜਸਥਾਨ ਘੁੰਮਦਾ ਰਿਹਾ, ਉੱਥੇ ਇੱਕ ਗੱਲ ਕਹਿੰਦੀ ਸੀ ਪੰਜਾਬ 'ਚ ਤਾਂ ਨਸ਼ਾ ਹੀ ਬਹੁਤ ਹੋ ਗਿਆ, ਫਿਲਮਾਂ ਦੇਖ ਲਓ, ਪੰਜਾਬ ਦੀ ਉੜਤਾ, ਪੰਜਾਬ ਯੇ ਬੜਾ ਬਹੁਤ ਪੰਜਾਬ। ਦੇਖੋ, ਮੇਰੇ ਇੱਕੇ ਸੀ ਮਨ ਦਾ ਸੁਪਨਾ ਕਿ ਮੈਂ ਇੰਡੀਆ 'ਚ ਜੋ ਇਹ ਕਲੰਕ ਲੱਗਿਆ ਹੋਇਆ ਇਹ ਨਸ਼ੇ ਦਾ, ਇਸ ਨੂੰ ਦੂਰ ਕਰਨਾ ਹੈ। ਸੋ ਮੇਰਾ ਇਹੀ ਸੀ ਕਿ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ, ਮੈਂ ਪੰਜਾਬ ਛੱਡ ਕੇ ਨਹੀਂ ਆ ਸਕਦਾ, ਮੈਂ ਪੰਜਾਬ ਦਾ ਜੰਮਿਆ ਪਲਿਆ ਹਾਂ, ਪੰਜਾਬ ਦੀ ਮਿੱਟੀ 'ਚ ਹੀ ਆਪਣਾ ਖਾਤਮਾ ਮੈਂ ਦੇਖਣਾ ਪਸੰਦ ਕਰਾਂਗਾ, ਪਰ ਮੈਂ ਪੰਜਾਬ ਨੂੰ ਛੱਡ ਨਹੀਂ ਸਕਦਾ। ਪਰ ਅੱਜ ਮੈਨੂੰ ਕਿਤੇ ਨਾ ਕਿਤੇ ਜਾ ਕੇ, ਕਿਉਂਕਿ ਮੇਰਾ ਵੀ ਦੇਖੋ ਪਰਿਵਾਰ ਹੈ, ਮੇਰੀ ਵੀ ਅੱਗੇ ਸੋਚ ਹੈ ਕਿ ਮੈਂ ਬਾਹਰ ਜਾ ਕੇ ਇੰਟਰਨੈਸ਼ਨਲ ਪਲੇਅਰਾਂ ਨਾਲ ਕੰਪੀਟੀਸ਼ਨ ਕਰਾਂ ਅਤੇ ਉਹਨਾਂ ਨਾਲ ਆਪਣੇ ਇੰਡੀਆ ਲਈ ਮੈਡਲ ਲੈ ਕੇ ਆਵਾਂ। ਪਰ ਪੰਜਾਬ ਸਰਕਾਰ ਨੇ ਫਿਲਹਾਲ ਹਾਲੇ ਤੱਕ ਮੈਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ, ਕਿਉਂਕਿ ਮੇਰਾ ਵੀ ਪਰਿਵਾਰ ਹੈ, ਦੇਖੋ ਮੈਂ ਆਪਣੇ ਪਰਿਵਾਰ ਦਾ ਖਰਚਾ ਵੀ ਚੱਕਣਾ, ਇੱਕ ਤਾਂ ਮੈਂ ਵੈਸੀ ਗਰੀਬੀ 'ਚ ਪਲਿਆ, ਇੰਨਾ ਗਰੀਬੀ 'ਚ ਤੁਸੀਂ ਦੇਖ ਸਕਦੇ ਹੋ, ਮੈਂ ਬੱਸਾਂ ਦੇ ਧੱਕੇ ਖਾਂਦਾ ਰਿਹਾ ਰਾਤ ਨੂੰ, ਕਿਤੇ ਮੈਨੂੰ ਹੋਟਲ ਨਹੀਂ ਮਿਲਿਆ, ਮੈਂ
ਹਰ ਜਗ੍ਹਾ ਜਾ ਕੇ ਬੱਸ ਸਟੈਂਡ 'ਤੇ ਹੀ ਸੁੱਤਾ ਰਿਹਾ ਜਾਂ ਰਾਤ ਉੱਥੇ ਹੀ ਕੱਟੀ, ਕਦੀ ਹੋਟਲ ਦਾ ਮੈਂ ਪੈਸਾ ਨਹੀਂ ਖਰਚਿਆ ਨਾ ਪੈਸਾ ਹੁੰਦਾ ਸੀ। ਸੋ ਦੇਖੋ ਸਰਕਾਰ ਦਾ ਇਹ ਫਰਜ਼ ਬਣਦਾ ਕਿ ਜਿਹੜੇ ਖਿਡਾਰੀ ਆਪਣੀ ਜੀ ਜਾਨ ਨਾਲ ਆਪਣਾ ਦਿਨ ਰਾਤ ਲਾਉਂਦੇ ਨੇ ਰਾਜ ਦਾ ਨਾਮ ਚਮਕਾਉਣ ਲਈ, ਰਾਜ ਲਈ ਮੈਡਲ ਲੈ ਕੇ ਆਉਂਦੇ ਨੇ, ਸੋ ਉਹਨਾਂ ਦਾ ਫਰਜ਼ ਬਣਦਾ ਕਿ ਉਹ ਵੀ ਖਿਡਾਰੀਆਂ ਲਈ ਕੁਝ ਸੋਚਣ। ਦੇਖੋ ਸਾਡੇ ਵੀ ਪਰਿਵਾਰ ਨੇ, ਸਾਡੇ ਵੀ ਬੱਚੇ ਨੇ, ਸਾਡੀਆਂ ਵੀ ਕੁਝ ਖੁਆਇਸ਼ਾਂ ਨੇ। ਚਾਹੇ ਜਿਹੜਾ ਪਹਿਲਾ ਸੁਪਨਾ ਇੱਕ ਅਥਲੀਟ ਦਾ ਇਹੀ ਹੁੰਦਾ ਕਿ ਉਹ ਆਪਣੀ ਕੰਟਰੀ ਲਈ ਮੈਡਲ ਲੈ ਕੇ ਆਵੇ, ਪਰ ਫਿਰ ਵੀ ਉਸ ਲਈ ਕੁਝ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ। ਸੋ ਸਰਕਾਰ ਅੱਗੇ ਮੇਰੀ ਇਹੀ ਮੰਗ ਹੈ ਕਿ ਉਹ ਸਾਨੂੰ ਵੀ ਤਰਸ ਦੇ ਆਧਾਰ 'ਤੇ ਜਿਵੇਂ ਆਪਣੇ ਮੰਤਰੀਆਂ ਨੂੰ ਮੰਤਰੀਆਂ ਦੇ ਬੇਟਿਆਂ ਨੂੰ ਜੋਬ ਦਿੰਦੀ ਹੈ, ਸੋ ਉਹਨਾਂ ਨੂੰ ਵੀ ਦੇਵੇ। ਉਹ ਵੀ ਕੁਛ ਡਿਜ਼ਰਵ ਕਰਦੇ ਹੋਣਗੇ, ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਅਥਲੀਟ ਹੈ ਵਿਚਾਰੇ ਉਹ ਦਿਹਾੜੀਆਂ ਨਾ ਕਰਨ, ਜੋ ਖਿਡਾਰੀ ਨੇ ਉਹ ਦਿਹਾੜੀਆਂ ਕਰਨ ਲਈ ਮਜਬੂਰ ਨਾ ਹੋਣ, ਉਹ ਨਾ ਆਪਣੇ ਮਨ 'ਚ ਕੋਈ ਬੁਰਾ ਖਿਆਲ ਲਿਆਉਣ, ਸੋ ਸਾਨੂੰ ਵੀ ਨੌਕਰੀ ਦਿੱਤੀ ਜਾਵੇ। ਰਿਕਾਰਡ ਹੋਲਡਰ ਅਵਤਾਰ ਸਿੰਘ, ਕਿਸ ਚੀਜ਼ ਦਾ ਇਹ ਰਿਕਾਰਡ ਹੈ? ਇੰਟਰਨੈਸ਼ਨਲ ਦੀ ਤੁਸੀਂ ਗੱਲ ਕੀਤੀ ਅਵਾਰਡ ਦੀ, ਇਹ ਕਿਸ ਚੀਜ਼ ਦਾ ਰਿਕਾਰਡ ਤੁਸੀਂ ਬਣਾਇਆ ਸੀ? ਦੇਖੋ ਜਦੋਂ ਮੇਰੀ 2018 'ਚ ਹੀ ਮੇਰੀ 50 ਮੈਰਾਥਨ ਹੋ ਗਏ ਸੀ ਅਕਰੋਸ ਇੰਡੀਆ, ਲਾਈਕ ਨੌਰਥ ਟੂ ਸਾਊਥ, ਉਦੋਂ ਮੇਰਾ 50 ਮੈਰਾਥਨ ਦਾ ਇਹ ਇੰਡੀਆ ਬੁੱਕ ਆਫ ਰਿਕਾਰਡ 'ਚ ਮੇਰਾ ਨੈਸ਼ਨਲ ਹੋ ਗਿਆ ਸੀਗਾ। ਉਸ ਤੋਂ ਬਾਅਦ ਮੇਰਾ ਫਿਰ ਜੋ ਆਪਣੀ ਵਰਲਡ ਰਿਕਾਰਡ ਇੰਡੀਆ ਦੀ ਫਾਊਂਡੇਸ਼ਨ ਹੈਗੀ ਗਿਨੀਜ਼ ਫਾਊਂਡੇਸ਼ਨ, ਉਹਦੇ 'ਚ ਮੇਰਾ ਨਾਮ ਆ ਗਿਆ ਸੀ। ਉਸ ਤੋਂ ਬਾਅਦ ਫਿਰ ਜਦੋਂ ਮੇਰੀਆਂ 100 ਮੈਰਾਥਨ ਹੋਈਆਂ, ਜਦੋਂ ਸਪੋਰਟਸ ਮਿਨਿਸਟਰ ਜੀ ਨੇ ਮੈਨੂੰ ਰੋਪੜ ਜਾ ਕੇ 26 ਜਨਵਰੀ 2020 'ਚ ਮਾਨ ਸਨਮਾਨ ਦਿੱਤਾ, ਸੋ ਉਦੋਂ ਮੇਰਾ ਇਹ 100 ਮੈਰਾਥਨਾਂ ਦਾ ਆਫਿਸ਼ਲੀ ਜੋ ਵਰਲਡ ਰਿਕਾਰਡ ਆਫ ਐਕਸਲੈਂਸ ਦਾ ਅਵਾਰਡ ਹੈ। ਸੋ ਇਹ ਤੁਸੀਂ ਦੇਖ ਰਹੇ ਹੋ। ਹੁਣ ਤੁਸੀਂ ਸਾਰੀ ਗੱਲਬਾਤ ਰੱਖੀ ਹੈ, ਜ਼ਿਕਰ ਵੀ ਕਰ ਰਹੇ ਹੋ ਕਿ ਤਦ ਸਿਧਾਰ 'ਤੇ ਨੌਕਰੀ ਦਿੱਤੀਆਂ ਗਈਆਂ ਨੇ ਦੋ ਵਿਧਾਇਕਾਂ ਦੇ ਮੁੰਡਿਆਂ ਨੂੰ, ਤੁਹਾਨੂੰ ਵੀ ਨੌਕਰੀ ਮਿਲਣੀ ਚਾਹੀਦੀ ਹੈ। ਤੁਸੀਂ ਕਿੰਨੇ ਕੁ ਹੁਣ ਘਰ ਦੇ ਗੁਜ਼ਾਰੇ ਵਾਸਤੇ ਕੀ ਕਰਨੀ ਹੋ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪੈਨਸ਼ਨ ਵੀ ਤੁਹਾਡੀ ਮਦਦ ਨੂੰ ਆਉਂਦੀ ਹੈ, ਫਿਰ ਤੁਸੀਂ ਕਿੰਨੇ ਕੁ ਮਹੀਨੇ ਦੇ ਤੁਸੀਂ ਕਮਾ ਲੈਂਦੇ ਹੋ ਵੀ ਘਰ ਦਾ ਗੁਜ਼ਾਰਾ ਵੀ ਹੋਣਾ ਚਾਹੀਦਾ, ਪਰਿਵਾਰ ਵੀ ਜ਼ਰੂਰੀ ਹੈ ਇੱਥੇ? ਦੇਖੋ ਸਰ, ਮੈਂ ਪਹਿਲੇ ਇਹ ਗੱਲ ਕਹਿ ਕੇ ਹਟਿਆ ਕਿ ਦੇਖੋ ਜੋ ਮੇਰਾ ਸੁਪਨਾ ਹੈ ਉਹ ਮੇਰਾ ਆਪਣਾ ਸੁਪਨਾ ਹੈ, ਆਪਣੇ ਦੇਸ਼ ਲਈ, ਆਪਣੇ ਰਾਜ ਲਈ, ਆਪਣੇ ਸ਼ਹਿਰ ਲਈ, ਸੋ ਆਪਣੀ ਪੰਜਾਬੀਅਤ ਲਈ, ਸੋ ਮੈਂ ਕੁਛ ਵੀ ਸੋਚ ਸਕਦਾ, ਮੈਨੂੰ ਮੈਂ ਆਪਣੇ ਲਈ ਫ੍ਰੀ ਹੈ ਜੋ ਮੇਰੀ ਥਿੰਕਿੰਗ ਹੈਗੀ ਹੈ ਮਾਇੰਡ ਦੀ, ਬਟ ਦੇਖੋ ਸੇਮ ਟਾਈਮ 'ਤੇ ਮੇਰਾ ਪਰਿਵਾਰ ਵੀ ਹੈ, ਮੈਂ ਆਪਣੇ ਪਰਿਵਾਰ ਦਾ ਵੀ ਦੇਖਣਾ ਹੈ, ਉਹਨਾਂ ਦਾ ਵੀ ਢਿੱਡ ਭਰਨਾ, ਆਪਣਾ ਵੀ ਢਿੱਡ ਭਰਨਾ। ਦੇਖੋ ਕਿੰਨੀ ਮਹਿੰਗਾਈ ਹੋ ਗਈ ਹੈ, ਚਾਹੇ ਡਾਇਟ ਵਾਈਜ਼ ਲਾ ਲਓ, ਚਾਹੇ ਕੁਛ ਵੀ ਤੁਸੀਂ ਲਾ ਲਓ, ਮੈਂ ਜਿਮ 'ਚ ਮੈਨੂੰ 6-7 ਸਾਲ ਹੋ ਗਏ, ਫਿਰ ਮੈਂ ਜਿਮ 'ਚ ਹੀ ਇੱਕ ਟ੍ਰੇਨਿੰਗ ਦਾ ਕਰ ਰਿਹਾ ਦੇ ਰਿਹਾ ਹੈਗਾ ਬੱਚਿਆਂ ਨੂੰ, ਜੋ ਕਿ ਮੈਂ ਸਰਟੀਫਾਈਡ ਹੈਗਾ ਹੈ, ਉਸ 'ਚੋਂ ਮੈਨੂੰ 6-7 ਹਜ਼ਾਰ ਰੁਪਇਆ ਬਣ ਜਾਂਦਾ ਹੈ, ਸੋ ਜਿਹਦੇ ਨਾਲ ਮੈਂ ਆਪਣੇ ਘਰ ਦਾ ਬੜਾ ਔਖਾ ਗੁਜ਼ਾਰਾ ਕਰਦਾ ਹੈ। ਸੋ ਕਿ ਪਾਰਟੀਸਪੇਟ ਕਰਨ ਲਈ ਅੱਗੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਜੇ ਕਿਤੇ ਜਾਣਾ ਹੋਊਗਾ ਟਰੈਵਲ ਕਰਨਾ ਹੋਟਲ 'ਚ ਰੁਕਣਾ? ਦੇਖੋ ਮੇਰੇ ਕੋਲ ਹੁਣ ਵੀ ਪੈਸੇ ਨਹੀਂ ਸੀਗੇ, ਮੈਂ ਜਿੰਨੀਆਂ ਵੀ ਮੈਰਾਥਨਾਂ ਕਰੀਆਂ ਇੰਡੀਆ 'ਚ, ਮੈਂ ਤਾਂ ਦੇਖੋ ਬੜੇ ਔਖੇ ਹਾਲਾਤਾਂ 'ਚ ਕਰੀ ਆ। ਮੈਂ ਕਦੀ ਕਿਸੇ ਤੋਂ ਬੱਸ ਦਾ ਕਿਰਾਇਆ ਲੈ ਜਾਂਦਾ ਸੀ, ਕਦੀ ਕੋਈ ਮੇਰੀ ਰੇਲ ਦੀ ਟਿਕਟ ਬੁੱਕ ਕਰਾ ਦਿੰਦਾ ਸੀਗਾ। ਜਦੋਂ ਮੈਂ ਰਾਜਸਥਾਨ ਗਿਆ, ਕਿਸੇ ਮੇਰੇ ਜਿਮ ਦੇ ਸਟੂਡੈਂਟ ਨੇ ਵਿਚਾਰੇ ਨੇ ਮੇਰੀ ਰੇਲ ਦੀ ਟਿਕਟ ਬੁੱਕ ਕਰਾਈ, ਜਿਹਦੇ ਨਾਲ 2200 ਰੁਪਇਆ 1100 ਆਉਣ ਦਾ ਲੱਗਿਆ ਸੀ, 1100 ਜਾਣ ਦਾ ਲੱਗਿਆ ਚੰਡੀਗੜ੍ਹ ਤੋਂ, ਮੈਂ ਉਹਦੇ ਸਿਰ 'ਤੇ ਗਿਆ। ਦੇਖੋ ਫਿਰ ਮੈਂ ਜਦੋਂ ਮੁੰਬਈ ਮੈਰਾਥਨ ਕਰਕੇ ਆਇਆ, ਤੁਸੀਂ ਲਾ ਲਓ ਵੀ ਉੱਥੇ ਹੀ ਮੇਰਾ ਜੋ ਮੇਰੇ ਪਰਸ 'ਚ ਖਾਣ ਲਈ ਰੋਟੀ ਪੈਸੇ ਸੀ ਵੀ, ਉਹ ਵੀ ਮੇਰਾ ਪਰਸ ਦਿੱਲੀ ਜਦੋਂ ਮੈਂ ਬੱਸ ਸਟੈਂਡ ਆਇਆ ਉਹ ਗਿਰ ਗਿਆ, ਉੱਥੇ ਜਾ ਕਿਸੇ ਨੇ ਮਾਰ ਲਿਆ, ਸੋ ਮੈਂ ਉੱਥੋਂ ਵੀ ਭੁੱਖਾ ਕੱਢਦਾ ਹੋਇਆ ਘਰ ਆਇਆ। ਸੋ ਜ਼ਿੰਦਗੀ ਤਾਂ ਬਹੁਤ ਹੀ ਜ਼ਿਆਦਾ ਸੰਘਰਸ਼ ਭਰੀ ਹੈ ਇਸ ਟਾਈਮ, ਸੋ ਮੈਂ ਇਹੀ ਮੰਗ ਕਰਦਾ ਹੈ ਕਿ ਜੋ ਮੇਰਾ ਅਗਲਾ ਟੀਚਾ ਹੈ ਉਹ ਬਹੁਤ ਬੜਾ ਹੈਗਾ ਹੈ, ਸੋ ਉਸਨੂੰ ਦੇਖਦੇ ਹੋਏ ਮੇਰੀ ਸਰਕਾਰ ਮਦਦ ਕਰੇ ਜਾਂ ਫਿਰ ਕੋਈ ਸੰਸਥਾ ਜੋ ਬੱਚਿਆਂ ਦੀ ਸਹਾਇਤਾ ਕਰਦੀ ਹੈ ਮੇਰਾ ਉਹ ਹੱਥ ਫੜੇ, ਤਾਂ ਕਿ ਜੋ ਮੇਰਾ ਸੁਪਨਾ ਹੈ ਉਹ ਸਾਕਾਰ ਹੋ ਸਕੇ। ਤੁਸੀਂ ਸਾਰੀ ਗੱਲ ਮੈਂ ਸੁਣੀ ਹੈ, ਅਵਤਾਰ ਸਾਡੇ ਨਾਲ ਮੌਜੂਦ ਸਨ, ਇਹ ਪੋਸਟਰ ਹੈ ਪਹਿਲਾ ਮੈਰਾਥੋਨ ਦਾ ਜਦੋਂ ਇਹਨਾਂ ਨੇ ਅਵਾਰਡ ਪ੍ਰਾਪਤ ਕੀਤਾ ਸੀ, ਉੱਪਰ ਲਿਖਿਆ ਵੀ ਹੋਇਆ ਜੋ ਜੋ ਇਹਨਾਂ ਨੇ ਹੁਣ ਤੱਕ ਰਨਿੰਗ ਕੀਤੀ ਹੈ। 2018 ਦੇ ਵਿੱਚ 21 ਕਿਲੋਮੀਟਰ ਇੰਨੇ ਸਮੇਂ 'ਚ ਇਹਨਾਂ ਨੇ ਪਾਰ ਕੀਤੀ, 2018 ਦੇ ਵਿੱਚ 21 ਕਿਲੋਮੀਟਰ 2 ਘੰਟੇ 40 ਮਿੰਟ, ਸਾਰਾ ਰਿਕਾਰਡ ਹੈ ਜੋ ਕਿ ਆਫਿਸ਼ੀਅਲੀ ਇਹਨਾਂ ਕੋਲ ਮੌਜੂਦ ਹੈ, ਸਰਟੀਫਿਕੇਟ ਵੀ ਹੈਗੇ ਨੇ, ਸਭ ਕੁਛ ਮੌਜੂਦ ਹੈ। ਪਰ ਮੌਜੂਦ ਨਹੀਂ ਹੈਗਾ ਤਾਂ ਸਾਥ ਨਹੀਂ ਕਿਸੇ ਦਾ ਮੌਜੂਦ ਹੈਗਾ, ਅੱਗੇ ਸਾਥ ਨਹੀਂ ਹੈਗਾ ਕਿਸੇ ਦਾ ਅੱਗੇ, ਬਾਕੀ ਸਭ ਕੁਛ ਹੈ। ਅਵਾਰਡ ਵੀ ਹੈਗੇ ਨੇ ਲਗਭਗ 350 ਤੋਂ ਲੈ ਕੇ 400 ਦੇ ਵਿੱਚ ਅਵਾਰਡ ਅਤੇ ਮੈਡਲ ਮੌਜੂਦ ਨੇ, ਸਰਟੀਫਿਕੇਟ ਵੀ ਕਾਫੀ ਨੇ। ਤੁਸੀਂ ਜੇ ਸਕਰੀਨ 'ਤੇ ਦੇਖਦੇ ਹੋ ਸਰਟੀਫਿਕੇਟ ਵੀ ਮੌਜੂਦ ਨੇ, ਪਰ ਨਾ ਤਾਂ ਨੌਕਰੀ ਹੈ, ਨੌਕਰੀ ਤਾਂ ਛੱਡੋ, ਕੋਈ ਹੈਲਪ ਵੀ ਨਹੀਂ ਕਰ ਰਿਹਾ ਸਰਕਾਰ ਪੱਖੋਂ, ਜਾਂ ਵੀ ਅੱਗੇ ਕਿਸ ਸਿੱਖ ਨਾਲ ਜਾ ਕੇ ਹੋਰ ਨੌਜਵਾਨਾਂ ਨੂੰ ਉਤਸ਼ਾਹਿਤ ਕਰੇ, ਕਿਸ ਸਿੱਖ ਨਾਲ ਜਾ ਕੇ ਅੱਗੇ ਹੋਰ ਜੋ ਨੌਜਵਾਨੀ ਹੈ, ਜਿਵੇਂ ਹੁਣ ਨਸ਼ੇ ਦਾ ਵੀ ਜ਼ਿਕਰ ਕਰ ਰਹੇ ਸੀ, ਇੱਕ ਧੱਬਾ ਲੱਗਿਆ ਹੋਇਆ ਸੀ ਵੀ ਨਸ਼ੇ ਜ਼ਿਆਦਾ ਹੁੰਦੇ ਨੇ ਪੰਜਾਬ ਦੇ ਵਿੱਚ, ਤਾਂ ਸਰਕਾਰਾਂ ਜਿਸ ਤਰੀਕੇ ਨੂੰ ਚੱਲਦੀਆਂ ਨੇ ਉਹ ਆਪਣੇ ਹਿਸਾਬ ਨਾਲ ਹੀ ਉਹ ਸਭ ਨੂੰ ਕੁਛ ਪ੍ਰੋਵਾਈਡ ਕਰਦੀਆਂ ਨੇ, ਪਰ ਇਸ ਸਮੇਂ ਇਸ ਨੌਜਵਾਨ ਨੂੰ ਲੋੜ ਹੈ, ਉਤਸ਼ਾਹਿਤ ਨਾਲ ਭਰਿਆ ਹੋਇਆ ਹੈ। ਮੈਰਾਥੋਨ ਲਗਭਗ 190 ਨੇ ਕੰਪਲੀਟ ਕਰ ਲਈਆਂ ਨੇ, ਹੁਣ ਅੱਗੇ ਜਾ ਕੇ ਹੋਰ ਵੀ ਉੱਚਾ ਮੁਕਾਮ ਹਾਸਲ ਕਰਨਾ ਚਾਹੁੰਦਾ,
ਬਾਹਰ ਜਾਣਾ ਚਾਹੁੰਦਾ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰੇ, ਪਰ ਸਿਆਸਤਦਾਨਾਂ ਨੇ ਕਿਤੇ ਵੀ ਕੋਈ ਗੱਲਬਾਤ ਨਹੀਂ ਸੁਣੀ। ਫੋਟੋਆਂ ਹੋਈਆਂ ਨੇ, ਫੋਟੋਆਂ ਹੁਣ ਵੀ ਮੌਜੂਦ ਨੇ, ਸਰਟੀਫਿਕੇਟ ਵੀ ਮੌਜੂਦ ਨੇ, ਪਰ ਉਹ ਪ੍ਰੈਕਟੀਕਲ ਨਹੀਂ ਹੋ ਪਾਇਆ। ਕਿਸੇ ਨੇ ਇਹ ਨਹੀਂ ਕਿਹਾ ਵੀ ਠੀਕ ਹੈ ਤੂੰ ਇੰਨਾ ਕੁਛ ਕੀਤਾ, ਤੇਰੀ ਗੱਲਬਾਤ ਕਰਾਂਗੇ, ਤੈਨੂੰ ਬਾਹਰ ਭੇਜਾਂਗੇ, ਜਾ ਕੇ ਤੂੰ ਉੱਥੇ ਹੋਰ ਦੇਸ਼ ਦਾ ਨਾਮ ਰੋਸ਼ਨ ਕਰ। ਤਾਂ ਹੋਰ ਵੀ ਕਈ ਇਹੋ ਜਿਹੇ ਨੌਜਵਾਨ ਹੈਗੇ ਨੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਜੇ ਕਿਤੇ ਹੋਰ ਵੀ ਤੁਹਾਨੂੰ ਇਹੋ ਜਿਹੇ ਨੌਜਵਾਨ ਮਿਲਦੇ ਨੇ ਤਾਂ ਅਸੀਂ ਕੋਸ਼ਿਸ਼ ਕਰਾਂਗੇ, ਇਤਿਹਾਸ ਪੱਖੋਂ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪੰਜਾਬ ਦੀ ਬਾਕੀ ਗੱਲਾਂ ਵੀ ਲਿਆਉਂਦੀਆਂ ਜਾਣ।